ਪੰਜਾਬੀ ਪੌਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਪਰਮੇਤ ਸਿੰਘ ਬਿੱਦੋਵਾਲੀ ਚੰਗੀ ਤੇ ਮਾੜੀ ਕਿਸਮਤ ਇੱਕੋ ਖੂਦ ਦੇ ਵਿੱਚ ਪਈ ਬਾਲਟੀ ਦੇ ਵਾਂਗ ਹੁੰਦੀ ਆ ਤੇ ਇਹ ਕਹਾਵਤ ਲੁਧਿਆਣਾ ਦੇ ਬੱਦੋਵਾਲ ਦੇ ਵਿੱਚ ਜੋ ਸਕੂਲ ਦੀ ਇਮਾਰਤ दिखਦੀ ਆ ਉੱਥੇ ਸੱਚ ਹੋ ਜਾਂਦੀ ਆ ਰਤਨ ਜੀ ਚਾਰ ਅਧਿਆਪਕ ਬੈਠੇ ਉੱਥੇ ਰੋਟੀ ਖਾ ਰਹੇ ਹੁੰਦੇ ਆ ਇੱਕ ਦੀ ਮੌਤ ਹੋ ਜਾਂਦੀ ਆ ਤਿੰਨ ਗੰਭੀਰ जख्मी ਨੇ ਬਹੁਤ ਮਾੜੀ ਘਟਨਾ ਹਾਂ ਚਾਰ ਅਧਿਆਪਕ ਨਹੀਂ ਨੇ ਫੀਮੇਲ ਨੇ ਹਾਂ ਦੁੱਖ ਪ੍ਰਗਟ ਕਰਦੇ ਆਪਾਂ ਬਹੁਤ ਮਾੜੀ ਘਟਨਾ ਗਈ ਜ਼ਖਮੀ ਜਿਹੜੇ ਹੋਏ ਆ ਹਨਾ ਉਹਨਾਂ ਲਈ ਵੀ ਤੇ ਜਿਹੜੇ ਅਧਿਆਪਕ ਦੀ ਮੌਤ ਹੁੰਦੀ ਆ ਕਿਉਂਕਿ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਆਪਣੇ ਸਮਾਜ ਦੇ ਵਿੱਚ ਤੇ ਇਹ ਚਲੋ ਘਟਨਾ ਨਹੀਂ ਹੋਣੀ ਚਾਹੀਦੀ ਸੀ ਪਰ ਜੇ ਇਦਾਂ ਦੀਆਂ ਘਟਨਾਵਾਂ ਤੋਂ ਆਪਾਂ ਠੱਲ ਪਾਉਣੀ ਆ ਤਾਂ ਮੈਨੂੰ ਲੱਗਦਾ ਹੈਗਾ ਵੀ ਜਿਵੇਂ ਬਹੁਤ ਸਾਰੇ ਲੋਕਾਂ ਨੇ ਕੱਲ ਅੰਗਣਵਾੜੀ ਕੇਂਦਰਾਂ ਦੀਆਂ ਆਪਾਂ ਕਹਿ ਦਈਏ ਜਾਂ ਸਕੂਲਾਂ ਦੀਆਂ ਫੋਟੋਆਂ ਪਾਈਆਂ ਗਈਆਂ ਕਮੈਂਟ ਬਾਕਸ ਦੇ ਵਿੱਚ ਜਾਂ ਬਹੁਤ ਕਿਤੇ ਵੀਰਾਲ ਸਕੂਲ ਦੀ ਇਮਾਰਤ 40 ਸਾਲ 30 ਸਾਲ 60 ਸਾਲ 50 ਸਾਲ ਪੁਰਾਣੀ ਆ ਤਾਂ ਇਹਦੇ ਚ ਉਹੀ ਗੱਲ ਫੇਰ ਉੱਥੇ ਆ ਕੇ ਖੜ ਜਾਂਦੀ ਆ ਪਿੰਡਾਂ ਦਾ ਪੰਚਾਇਤਾਂ ਦਾ ਜਾਂ ਸਾਰੇ ਸਿਸਟਮ ਦਾ ਉਹੀ ਕਸੂਰੀ ਆ ਇਹ ਵੀ ਖਾਸ ਗੱਲ ਆ ਜਿਹੜੀ ਇਮਾਰਤ ਦੇ ਉੱਪਰ ਪਹਿਲੇ ਮੰਜ਼ਲ ਦੇ ਉੱਪਰ ਇਹ ਦੂਸਰੀ ਮੰਜ਼ਲ ਬਣਾਈ ਜਾ ਰਹੀ ਸੀ ਉਹ ਪਹਿਲੇ ਮੰਜ਼ਲ 40 ਤੋਂ 45 ਸਾਲ ਪੁਰਾਣੀ ਆ ਹਾਂ ਉਹ ਤਾਂ ਉਹ ਫਿਰ ਉਹੀ ਗੱਲ ਆ ਗਈ ਨਾ ਵੀ ਜਦੋਂ ਫੰਡ ਆਇਆ ਹੋ ਪਿੰਡ ਨੂੰ ਦਾ ਪਤੀ ਹੂਗਾ ਨਾ ਹਲੇ ਦਵਾਲੇ ਨੂੰ ਦਾ ਪਤੀ ਹੂਣਾ ਉਹਦੋਂ ਆਵਾਜ਼ ਕਾਉਣਾ ਚਾਹੀਦੀ ਇਹ ਵੀ ਗੱਲ ਆ ਇਹ ਤੋਂ ਆਪਾਂ ਕਿਨਾਰਾ ਨਹੀਂ ਕਰ ਸਕਦੇ ਗੱਲ ਕੌੜੀ ਆ ਹੂੰ ਦੁੱਖ ਵੀ ਆਪਾਂ ਨੂੰ ਪਰ ਗੱਲ ਇਹ ਵੀ ਆ ਖਾਸ ਗੱਲ ਇਹ ਨਾ ਇਹ ਪਹਿਲਾਂ ਨਾਰਮਲ ਸਕੂਲ ਸੀ ਹੁਣ ਇਹਨੂੰ ਸਕੂਲ ਆਫ ਐਮਿਨਸ ਬਣਾਇਆ ਜਾ ਰਿਹਾ ਸੀ ਯਾਰ ਕਿਵੇਂ ਵੀ ਆ ਪਰ ਮੀ ਆ ਤਾਂ ਗੱਲ ਮੰਨਦੇ ਆ ਨਾ ਆ ਤਾਂ ਲੋਕ ਵੀ ਮੰਨਣਗੇ ਗੱਲ ਕੋਈ ਵੀ ਲਾ ਲਓ ਸਕੂਲ ਦੀ ਨਹੀਂ ਆਪਾਂ ਗੱਲ ਕਰਦੇ ਕਿਤੇ ਵੀ ਲਾ ਲਾ ਤੂੰ ਆਪਣੇ ਗਲੀ ਮੁਹੱਲੇ ਆਪਣੇ ਲੜਾ ਆਪਾਂ ਕਹਿ ਦਿੰਨੇ ਵੀ ਉਹ ਅਗਲੇ ਦਾ ਹੂੰ ਨਸ਼ਿਆਂ ਵਾਲੀ ਵੀ ਆਈਆਂ ਵੀ ਅਗਲੇ ਦਾ ਪੁੱਤ ਮਰਦਾ ਅਗਲੇ ਫੁਲਾਨੇ ਵੇਚਦੇ ਆ ਪਾ ਗਿਟਣ ਉਜਿਹੜੋ ਆਪਾਂ ਕੀ ਲੈਣਾ ਉਹਦੀਆਂ ਗੱਲ। ਸਕੂਲ ਦਾ ਵੀ ਆਏ ਆ। ਵੀ ਚੱਲ ਕੋਈ ਨਾ ਸਰਕਾਰ ਨੇ ਜਿਹੜਾ ਭੇਜਿਆਗਾ 2 ਲੱਖ 5 ਦੀ 20 ਲੱਖ ਰੁਪਈਆ ਆ ਲੱਗੀ ਜਾਂਦਾ ਚੱਲ ਵਧੀਆ। ਪਰ ਉਹ ਥੱਲੜ ਦੇ ਤੇ ਦੇਖਿਆ ਨਹੀਂ ਵੀ ਨੀ ਕਿਵੇਂ ਆ। ਨੀ ਹੋ ਗਈ ਨਾ ਛੱਤ ਜਿਹੜੇ ਉੱਤੇ ਪੰਦੇ। ਨੀ ਆਲਾ ਕੰਮ ਹੀ ਹੋ ਗਿਆ ਨਾ। ਬਿਲਕੁਲ। ਪਹਿਲਾਂ ਵਾਲੇ ਚ ਸੁਧਾਰ ਨਹੀਂ। ਤੇ ਹੋਰ ਲਿਪਾ ਪੋਚੀ ਅਸੀਂ ਕਰੀ ਜਾਂਦੇ ਆ। ਉਹਦਾ ਫਿਰ ਫਾਇਦਾ ਕੀ? ਹੁਣ ਕਿੱਡਾ ਵੱਡਾ ਨੁਕਸਾਨ ਹੋ ਗਿਆ, ਕਿੱਡਾ ਵੱਡਾ ਘਾਟਾ। ਉਹਦੀ ਅਧਿਆਪਕ ਦੀ ਜਾਨ ਵਾਪਸ ਆਊਗੀ। ਉਹੜੇ ਬੱਚੇ ਸੀਗੇ ਉੱਥੇ ਜਾਂ ਉਹ ਅਧਿਆਪਕ ਸੀ ਉਹ ਸ਼ੌਕ ਚੋਂ ਨਿਕਲ ਲਗੇ ਉਹ ਜ਼ਿੰਦਗੀ ਭਰ ਲਈ ਹੁੰਦਾ ਏ ਤਾਂ। ਹੂੰ। ਇੱਕ ਖਾਸ ਗੱਲ ਹੈ ਨਾ ਜਿਹੜਾ ਸਟਾਫ ਰੂਮ ਸੀ ਉਹਦੇ ਨਾਲ ਬਿਲਕੁਲ ਕਲਾਸਰੂਮ ਸੀ। ਹੂੰ। ਤੇ ਸ਼ੁਕਰ ਚਲਾ ਸ਼ੁੱਕਰਵਾਰ ਕੀ ਚਲੋ ਵੀ ਚਲ ਮਾਰਾ ਕਿਸ ਦੇ ਅਧਿਆਪਕ ਤੇ ਵੀ ਡਿੱਗ ਪਿਆ ਨਾ ਛੱਤੋਂ ਨੁਕਸਾਨ ਹੋ ਗਿਆ। ਜੇ ਦੂਸਰੀ ਕਲਾਸ ਚ ਬੱਚੇ ਸੀ। ਬੱਚਿਆਂ ਦਾ ਵੀ ਇੱਕ ਕਰਾ ਸਾਰਾ ਕੁਝ ਹੀ ਆ ਯਾਰ ਛੋਟੇ ਬੱਚੇ। ਤੇ ਕਿੰਨੇ ਬੱਚਿਆਂ ਜਾਨ ਚਲੀ ਜਾ ਸਕਦੀ ਸੀ ਚ? ਹਾਂ ਅਸਰ ਤਾਂ ਪੈਂਦਾ ਹੀ ਆ ਨਾ। ਹੂੰ। ਹੁਣ ਕਹੇ ਇੱਕ ਕਮੇਟੀ ਬਣ ਗਈ। ਤੇ ਕੇ ਦੇਰ ਦੇ ਖਿਲਾਫ ਪਰਚਾ ਵੀ ਦਰਜ ਹੋ ਗਿਆ ਬਹੁਤ ਦਰਜ ਹੋ ਜਾਂਦਾਗਾ ਹੂੰ ਬਾਅਦ ਚ ਤਾਂ ਹਰਾ ਕੁਝ ਹੋ ਜਾਂਦਾ ਪਰ ਉਹਨਾਂ ਦੇ ਖਿਲਾਫ ਕੌਣ ਪਰਚਾ ਦਰਜ ਕਰੂਗਾ ਜਿਹੜੀ ਇੱਕ ਇੱਕਣਾ ਉਹ ਬੰਦੀਆਂ ਹੁੰਦੀਆਂ ਪਿੰਡਾਂ ਚ ਤੂੰ ਪਿੰਡ ਤੋਂ ਆਉਣਾਗਾ ਤੈਨੂੰ ਪਤਾ ਵੀ ਹੋਊਗਾ ਜਿਵੇਂ ਸਕੂਲਾਂ ਦੇ ਵਿੱਚ ਇੱਕ ਪਿੰਡ ਦੀ ਕਮੇਟੀ ਵੀ ਬੰਦੀ ਹੁੰਦੀ ਹੈ ਬਿਲਕੁਲ ਬਿਲਕੁਲ ਵਿਦਿਆਰਥੀ ਮਾਪੇ ਹੁੰਦੇ ਸ਼ਾਮਲ ਹੁੰਦੇ ਉਹ ਚ ਹਾਂ ਮਾਪੇ ਹੋਣ ਜਾਂ ਕੋਈ ਸਰਪੰਚੋ ਵਜਾ ਮੈਂਬਰ ਹੋਵੇ ਜਾਂ ਜਿਹੜੀ ਪੰਚਾਇਤ ਹੁੰਦੀ ਹੈ ਪੰਚਾਇਤ ਤੇ ਇੱਕ ਜਿਵੇਂ ਜਿਵੇਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂ ਜਦੋਂ ਕਾਲੀ ਦਲ ਦੀ ਸੀ ਉਹਨਾਂ ਦੇ ਇੱਕ ਦੋ ਬੰਦੇ ਜੇ ਲੈ ਲੈ ਜਾਂਦੇ ਨੇ ਜਿਹੜੇ ਮੂਹਰੇ ਆਗੂ ਜੇ ਹੁੰਦੇ ਆ ਹਾਂ ਹੁਣ ਮੈਂ ਨਾਂ ਤਾਂ ਲੈਣਾ ਨਹੀਂ ਚਾਹੁੰਦਾ ਵੀ ਉਹਨੂੰ ਕੀ ਕਹਿੰਦੇ ਆ ਪੈਟੀਕੂਲਰ ਇੱਕ ਪਿੰਡਾਂ ਦੇ ਵਿੱਚ ਕਹਾਵਤ ਵੀ ਆ ਉਹਨਾਂ ਨੂੰ ਲੈ ਲੈਂਦੇ ਹੁੰਦੇ ਆ ਵੀ ਉਹ ਫਿਰ ਜ਼ਿੰਮੇਵਾਰੀ ਕਿੱਥੇ ਵੀ ਨੀ ਪੱਥਰ ਦਾ ਉਹ ਪੜਦਾ ਜਾਂ ਚੱਕਣ ਵੇਲੇ ਤਾਂ ਸਾਰੇ ਮੂਰੇ ਹੋਣਗੇ ਜਾਂ ਲੈ ਚੀਜੀ ਚੱਕਣ ਵੇਲੇ ਜੋ ਰੀਬਣ ਜਾਂ ਕੱਟਦੇ ਉਦੋਂ ਤਾਂ ਸਾਰੇ ਮੂਰੇ ਹੋ ਜਾਂਦੇ ਆ ਫੋਟੋ ਖਾਉਣ ਨੂੰ ਤੇ ਉਹ ਗੱਲ ਕਿੱਥੇ ਇਹ ਇਹ ਵੀ ਗੱਲ ਆ ਹਾਂ ਇਹ ਵੀ ਗੱਲ ਆ ਸੁਵਾਤੇ ਨਾ ਤੁਸੀਂ ਹੁਣ ਇੱਕ ਹੋਰ ਵੀ ਆ ਇਹਦੇ ਪਿੱਛੇ ਇੱਕ ਹੋਰ ਵੀ ਗੱਲ ਆ ਇੱਥੇ ਚਾਹੇ ਮਾਸਟਰਾਂ ਨੂੰ ਵੀ ਗੁੱਸਾ ਲੱਗੇ ਚਾਹੇ ਪ੍ਰਿੰਸੀਪਲਾਂ ਨੂੰ ਵੀ ਗੁੱਸਾ ਲੱਗੇ ਜੇ ਪ੍ਰਿੰਸੀਪਲ ਜਾਂ ਮਾਸਟਰ ਆਪਦੇ ਡਿਪਾਰਟਮੈਂਟ ਨੂੰ ਲਿਖ ਕੇ ਭੇਜਦਾ ਚੰਗੀ ਗੱਲ ਆ ਬਹੁਤ ਚੰਗੀ ਗੱਲ ਆ ਕਿ ਸਾਡੇ ਆ ਕੰਮ ਹੋਣ ਵਾਲਾ ਭਈਆ ਠੀਕ ਐ ਜੇ ਨਹੀਂ ਤਾਂ ਉਹਨਾਂ ਦਾ ਵੀ ਕਸੂਰ ਆ ਇਹ ਗੱਲ ਇਹ ਜਿਵੇਂ ਖਾਸ ਗੱਲਾਂ ਨੇ ਇੱਕ ਸੁਖਪਾਲ ਸਿੰਘ ਖੈਰ ਨੇ ਗੱਲ ਇੱਕ ਟਵੀਟ ਕੀਤਾ ਹੂੰ ਉਹ ਚ ਕੁਝ ਅਧਿਆਪਕਾਂ ਨੇ ਕੀਤਾ ਉਹ ਵਰਨਾ ਜਿਸ ਤਰ੍ਹਾਂ ਹੈਗਾ ਕੁਝ ਕ ਪ੍ਰਿੰਸੀਪਲਾਂ ਅਧਿਆਪਕਾਂ ਨੇ ਲੈਟਰ ਭੇਜਤਾ ਉੱਤੇ ਕਿ ਸਾਡੇ ਸਕੂਲ ਦੀ ਇਮਾਰਤ ਖਸਤ ਹੋਈ ਪਈ ਆ। ਹੂੰ। ਇੱਥੇ ਬੈਠਣ ਯੋਗ ਹੈ ਨਹੀਂ ਇਹ। ਪਰ ਅਗੋੜਾ ਸੰਦੇਸ਼ ਆਉਂਦਾ ਇਸ ਤਰ੍ਹਾਂ ਕਿ ਤੁਸੀਂ ਨਹੀਂ ਇਹ ਚੀਜ਼ ਕਹਿ ਸਕਦੇ। ਸਭ ਸਿਰਫ ਇੱਕ ਲੈਟਰ ਭੇਜੋ ਕਿ ਸਾਡੀ ਇਮਾਰਤ ਆ ਅਸੀਂ ਇਹਨੂੰ ਟਾਉਣਾ ਜਾਂ ਇਹ ਨਕਾਰਾ ਹੋ ਚੁੱਕੀ ਆ ਤੇ ਇਹਦੀ ਕਰੋ ਸਭ ਕੁਝ ਓਕੇ। ਫਿਰ ਕਹਿੰਦੇ ਇੱਕ ਕਮੇਟੀ ਬਣੂਗੀ ਪ੍ਰਿੰਸੀਪਲ ਦੀ ਉੱਤੋਂ ਕੋਈ ਆਉਣਗੇ ਕੁਝ 2-4 ਬੰਦੇ ਉਹ ਕਮੇਟੀ ਫਿਰ ਚੈੱਕ ਕਰੂਗੀ। ਕਮੇਟੀ ਚੈੱਕ ਕਰਨ ਤੋਂ ਬਾਅਦ ਉਹ ਦੱਸੂਗੀ ਹਾਂ ਇਹ ਵਾਕਈ ਬਿਲਡਿੰਗ ਢਾਉਣ ਵਾਲੀ ਆ ਜਾਂ ਨਹੀਂ ਢਾਉਣ ਵਾਲੀ। ਕੁੱਲ ਮਿਲਾ ਕੇ ਯਾਰ ਗੱਲ ਇਹ ਆ ਵੀ ਤੂੰ ਸੱਚ ਨਹੀਂ ਦੱਸ ਸਕਦੇ ਕੁੱਲ ਮਿਲਾ ਕੇ ਤਾਂ ਗੱਲ ਇਹ ਆ ਪੂਰੀ ਗੱਲ ਤਾਂ ਇਹ ਹੁੰਦੀ ਹੈ ਵੀ ਤੂੰ ਆਪਾਂ ਸੱਚ ਨਹੀਂ ਦੱਸ ਸਕਦੇ ਹਾਂ ਹੈ ਪਹਿਲਾਂ ਕਮੇਟੀ ਬਣੂ ਫਿਰ ਉਹ ਹੋ ਜੀ ਉਹ ਹੋ ਉਦੋਂ ਨੂੰ ਮੀਂਹ ਪੈ ਗਿਆ ਛੱਤ ਚਾਉਂਦੀ ਕੁਝ ਕਿੰਨਾ ਕੁਝ ਉਦੋਂ ਨੂੰ ਤਾਂ ਇਹ ਤਾਂ ਉਹ ਮਿੱਟੀ ਲਿਪਾ ਪੋਚੀ ਵਾਲੀ ਗੱਲ ਹੀ ਹੁੰਦੀ ਬਿਲਕੁਲ ਬਿਲਕੁਲ ਹਾਂ ਹੁਣ ਜੇ ਗਲਤੀ ਮੰਨਦੇ ਮਿਸਤਰੀ ਦੀ ਹੈਗੀ ਹੈ ਕਿ ਉਹ ਲੈਟਰ ਡਿੱਗ ਪਿਆ ਦੂਜੀ ਛੱਤਾਂ ਵਾਲਾ ਪਰ ਜੇ ਪਹਿਲੀ ਛੱਤ ਮਜ਼ਬੂਤ ਹੁੰਦੀ ਇੰਨੀ 40 45 ਸਾਲ ਪੁਰਾਣੀ ਨਾ ਹੁੰਦੀ ਜੋ ਇੱਕ ਅਖਬਾਰ ਦਾ ਦਾਵਾ ਤਾਂ ਸ਼ਾਇਦ ਅੱਜ ਅਧਿਆਪਕਾਂ ਜਾਣ ਨਾ ਜਾਂਦੀ ਤੇ ਖਾਸ ਕਰਕੇ ਉਹ ਅਧਿਆਪਕਾ ਦੀ ਕੁਝ ਦਿਨ ਪਹਿਲਾਂ ਹੀ ਹਜੇ ਕਿਹਾ ਹੈ ਕਿ ਬਦਲੀ ਹੋਈ ਸੀ ਇੱਥੇ ਹੂੰ ਤੁਹਾਡੀ ਕਿਸਮਤ ਤੁਹਾਨੂੰ ਕਿੱਥੇ ਲੈ ਕੇ ਜਾਂਦੀ ਆ ਹਾਂ ਇਹ ਤਾਂ ਚਲੋ ਹੁੰਦੀ ਆ ਇਹ ਤਾਂ ਇਹ ਤਾਂ ਕੁਦਰਤ ਦੀ ਫਰ ਹੈਗੀ ਆ ਨਾ ਗੱਲ ਕੁਦਰਤ ਤਾਂ ਆਪਣਾ ਚੱਕਰ ਉਹ ਵੀ ਪੂਰਾ ਕਰਦੀ ਆ ਨਾ ਉਹ ਤਾਂ ਲੈ ਜਾਂਦੀ ਆ ਉਹ ਕਹੇ ਉਹ ਮੈਂ ਮੌਤ ਕਹਿੰਦੇ ਕੋਲੇ ਨਹੀਂ ਆਉਂਦੀ ਮੌਤ ਆਪੀ ਉੱਥੇ ਲੈ ਜਾਂਦੀ ਆ ਹਾਂ ਇਨਸਾਨ ਆਪੀ ਖਿੱਚਦਾ ਚਲਾ ਜਾਂਦਾ ਉਹਦੇ ਕਣੀ ਨੂੰ ਮੌਤ ਥੋਡੇ ਕੋਲੇ ਕਦੇ ਨਹੀਂ ਆਉਂਦੀ ਆਪੀ ਜਲਾਏ ਹੁੰਦਾ ਹੁਣ ਫਿਰ ਗੱਲ ਉਹ ਹੀ ਸਾਵਣ ਫੇਰਾ ਗਈ ਨਾ ਜਦੋਂ ਆਮ ਆਦਮੀ ਕਲੀਨਿਕ ਬਣਾਏ ਗਏ ਸੀ ਸਵਿਵਿਧਾ ਕੇਂਦਰਾਂ ਨੂੰ ਬਣਾ ਕੇ ਉਹ ਲੋਕਾਂ ਨੇ ਕਿਹਾ ਸੀ ਕਿ ਆਮ ਆਦਮੀ ਕਲੀਨਿਕ ਕਿਵੇਂ ਬਣਦਾ ਉਹਦੇ 40 ਲੀਟਰ ਰੰਗ ਲੈ ਲਓ ਤੇ ਇੱਕ ਨਾਲ ਕੂਚੀ ਲੈ ਲਓ ਆਮ ਆਦਮੀ ਕਲੀਨਿਕ ਬਣ ਜਾਂਦਾ ਹੁਣ ਸਕੂਲ ਆਫ ਐਮਨਿਸ ਕਿਵੇਂ ਬਣ ਰਹੇ ਨੇ ਇੱਕ ਪੁਰਾਣੀ ਬਿਲਡਿੰਗ ਹੈਗੀ ਆ ਉੱਤੇ ਲੀਪਾ ਪੂਚੀ ਕਰ ਦਿਓ ਉਹ ਵੀ ਹੈ ਨਾ ਫੇਰ ਇਹ ਗੱਲ ਆ ਜਾਂਦੀ ਵੀ ਆਪਾਂ ਸਰਕਾਰ ਨੂੰ ਦਿੰਦੇ ਉਹੀ ਹੋ ਗਿਆ ਨਾ ਕੋ ਕੀ ਕਹਿੰਦੇ ਐਕਸਪੋਜ਼ ਹੀ ਹੋ ਗਿਆ ਸਿਸਟਮ ਦਾ ਐਕਸਪੋਜ਼ ਹੀ ਹੋ ਗਿਆ ਨਾ ਵੀ ਆ ਆ ਹੋ ਕੀ ਰਿਹਾ ਹੈਗਾ ਚੱਲ ਕੀ ਰਿਹਾ ਹੈਗਾ ਉਸੀ ਕਿਨ ਸਕੂਲ ਹੈ ਮੇ ਸੰਮਾਰੀ ਆ ਗੱਲਾਂ ਆ ਬਿਲਕੁਲ ਜੀ ਬਿਲਕੁਲ ਘਟਨਾ ਵੱਡੀ ਹੋਗੀ ਗੱਲ ਵੱਖਰੀ ਆ ਪਰ ਗਰਾਉਂਡ ਤੇ ਅਜੀਹੀਆਂ ਚੀਜ਼ਾਂ ਨਿਤ ਕੁਛ ਹੁੰਦਾ ਹੈਗਾ ਮੇਡੇ ਮੀ ਲਾਲੋ ਹੋਰ ਛੋਟੀਆਂ ਬਹੁਤ ਕਿੰਨੀਆਂ ਗੱਲਾਂ ਨਾਲੋ ਯਾਰ ਕਿੰਨਾ ਕੁਛ ਆ ਜੇ ਮੈਂ ਆਪਾਂ ਬਾਕਸਰ ਦੀ ਗੱਲ ਵਿਚਾਰੇ ਦੀ ਕਰੀ ਸੀ ਛੋਟੀਆਂ ਛੋਟੀਆਂ ਕਿੰਨੀਆਂ ਗੱਲਾਂ ਆ ਅਧਿਆਪਕ ਕਿੰਨੇ ਕਿ ਪੂਰੇ ਨੇ ਉਹਦਾ ਜਦੋਂ ਕਿਸੇ ਦੀ ਜਾਨ ਚਲੀ ਜਾਂਦੀ ਆ ਜਾਂ ਕੋਈ ਘਟਨਾ ਵਾਪਰ ਜਾਂਦੀ ਆ ਉਦੋਂ ਫਿਰ ਗੱਲ ਵੱਡੀ ਬਣ ਜਾਂਦੀ ਆ ਹੂੰ ਹੁਣ ਜਿਹੜੇ ਬੰਦੇ ਪਾ ਰਹੇ ਆ ਉਹ ਬੰਦੇ ਚਲੋ ਠੀਕ ਐ ਹੁਣ ਉਹ ਬੰਦੇ ਗੁੱਸਾ ਕਰਨਗੇ ਆਪਣੀ ਗੱਲ ਦਾ ਜਿਹੜੇ ਬੰਦੇ ਹੁਣ ਪਾ ਰਹੇ ਆ ਵੀ ਸਾਡੇ ਸਕੂਲਾਂ ਦੀਆਂ ਇਮਾਰਤਾਂ ਜਾਂ ਸਾਡੀਆਂ ਫਲਾਨੀਆਂ ਅੰਗਣਵਾੜੀ ਦੀਆਂ ਇਮਾਰਤਾਂ ਇੰਨੇ ਸਾਲ ਪੁਰਾਣੀਆਂ ਪਹਿਲਾਂ ਕਿੱਥੇ ਸੀ ਬਈ ਹੁਣ ਜਦੋਂ ਇੱਕ ਉਹੀ ਗੱਲ ਆ ਵੀ ਇਹ ਗੱਲ ਜਦੋਂ ਦੱਸਣ ਲਈ ਜਾਂ ਗੱਲ ਹੋਣ ਲਈ ਕਿਸੇ ਨੂੰ ਮਰਨਾ ਪੈਂਦਾ ਹਾਂ ਜਾਂ ਤਾਂ ਉਹ ਆਪ ਮਰ ਜੇ ਮੂਰੇ ਆ ਕੇ ਮਤਲਬ ਵੀ ਉਹਵੇਂ ਆਪਾਂ ਕਹਿ ਦਈਏ ਵੀ ਜਦੋਂ ਜਹਿਦ ਕਰਕੇ ਸੰਘਰਸ਼ ਕਰਕੇ ਜਾਂ ਕੁਦਰਤੀ ਮਰ ਜੇ ਤਾਂ ਫਿਰ ਲੋਕਾਂ ਨੂੰ ਹਾਂ ਉਹ ਯਾਰ ਐ ਵੀ ਸੀ ਵੀ 40 ਸਾਲ ਪੁਰਾਣੀ ਸੀ 30 ਸਾਲ ਪੁਰਾਣੀ ਸੀ ਇਹ ਵੀ ਆ ਵੀ ਅਸੀਂ ਆਪਦੇ ਘਰ ਤੋਂ ਆਪਦੇ ਜਿਵੇਂ ਆਪਾਂ ਹਮੇਸ਼ਾ ਕਹਿੰਨੇ ਆ ਵੀ ਆਪਣੇ ਆਪ ਤੋਂ ਸਟਾਰਟ ਕਿਵੇਂ ਕਰ ਰਹੇ ਆ ਗੱਲ ਤਾਂ ਇੱਥੇ ਪੁਆਇੰਟ ਖੜੀ ਆ ਹੁਣ ਜਿਵੇਂ ਉਹ ਰਿਵਰਸ ਵਾਲੀ ਗੱਲ ਆਪਾਂ ਕਰਦੇ ਹੁੰਦੇ ਹੁਣ ਇਹਦੇ ਨਾਲ ਥੋੜੀ ਜਿਹੀ ਕੰਪੈਰੀਟਿਵ ਆ ਜਿਵੇਂ ਕੁਝ ਕੁ ਵੀਡੀਓਜ਼ ਆ ਰਹੀਆਂ ਵੀ ਤੁਸੀਂ ਜਿਹੜੇ ਲੋਕ ਹੋਕਾ ਦੇ ਰਿਹਾ ਰਿਵਰਸ ਮਾਈਗ੍ਰੇਸ਼ਨ ਦਾ ਵੀ ਇਹਨਾਂ ਦੇ ਪਿੱਛੇ ਨਾਲ ਲੱਗ ਰਹੇ ਪਰ ਜੇ ਤੁਸੀਂ ਆਪਦੇ ਘਰ ਤੋਂ ਸ਼ੁਰੂਆਤ ਕਰੋਗੇ ਸਮਾਲ ਬਿਜ਼ਨਸ ਦੀ ਛੋਟੇ ਦੀ ਤਾਂ ਤੁਸੀਂ ਅੱਗੇ ਵੱਧ ਸਕਦੇ ਹੋ ਯਾਰ ਇਹਦੇ 'ਚ ਕੀ ਆ فرض ਕਰੋ ਤੁਸੀਂ ਫੇਲ ਹੁੰਨੇ ਹੋ ਤ alley 2 ਲੱਖ ਰੁਪਇਆ ਲਾ ਕੇ 5 ਲੱਖ ਰੁਪਇਆ ਲਾ ਕੇ ਫੇਲ ਹੁੰਨੇ ਹੋ ਤਾਂ ਇਹ ਤਾਂ ਫਿਰ ਆਪਾਂ ਕਹਿ ਦਈਏ ਵੀ ਜ਼ਿੰਦਗੀ ਦੇ ਵਿੱਚ ਬਣਾਈ ਆ ਹੈ ਨਾ ਪਾਸ ਫੇਲ ਵਾਧਾ ਘਾਟਾ ਮੁਨਾਫਾ ਨਫਾ ਨੁਕਸਾਨ ਠੀਕ ਹੈ ਨਾ ਇੱਥੇ 1 ਲੱਖ ਹੁੰਦਾ ਹੈ 1 25 ਲੱਖ ਜਾਂ 40 ਲੱਖ 50 ਲੱਖ ਨਾਲੋ ਤਾਂ ਮਤਲਬ ਸਭ ਕੁਝ ਸੋਨੂ ਨਹੀਂ ਮਿਲਦਾ ਹੂੰ 16 ਕਲਾਂ ਕੋਈ ਸੰਪੂਰਨ ਨਹੀਂ ਸਾਰੀਆਂ ਉਂਗਲਾਂ ਇੱਕੋ ਜਿਹੀਆਂ ਨਹੀਂ ਸਭ ਕੁਝ ਨਹੀਂ ਮਿਲਦਾ ਪਰਮੀਤ ਇਹ ਤਾਂ ਜਾਂ ਤਾਂ ਇੱਥੇ ਆ ਕੇ ਤੁਸੀਂ ਇਹੋ ਜਿਹੇ ਮਾਹੌਲ 'ਚ ਰਹਿ ਲਓ ਪੰਜਾਬ ਵਾਲੇ 'ਚ ਹੂੰ ਜਾਂ ਤਾਂ ਇਹ ਲੈ ਲਓ ਠੀਕ ਆ ਨਾ ਜਾਂ ਉੱਧਰ ਜਾ ਕੇ ਫਿਰ ਉਹੋ ਜਾਂ ਮੰਨਜੋ ਫਿਰ ਇਹ ਚੀਜ਼ ਨੂੰ ਨਾ ਤਰਸੋ ਫਿਰ ਤੁਸੀਂ ਉਹ ਹਵੇਲੀਆਂ 'ਚ ਜਾ ਕੇ ਇੱਧਰ ਛੁੱਟੀਆਂ ਬਣਾਉਣਾ ਆਉਣੇ ਹੋ ਜਦੋਂ ਓੜੀਆਂ ਹਵੇਲੀਆਂ ਬਣੀਆਂ ਹੋਈਆਂ ਵੱਡੀਆਂ ਸੜਕਾਂ ਦੇ ਉੱਤੇ ਉੱਥੇ ਜਾ ਕੇ ਚਰਖੇ ਨਾਲ ਬਹਿ ਕੇ ਫੋਟੋਆਂ ਖਿੱਚਾਓ ਉਹ ਜਿਹੜਾ ਬੰਦਾ ਤੇ ਬੁੜੀ ਬਣੇ ਹੁੰਦੇ ਜਿਹੜੇ ਉਹ ਗਾਗਰ ਜੀ ਭਰ ਰਹੇ ਹੁੰਦੇ ਕੁਝ ਉੱਥੇ ਫਿਰ ਉਹ ਉਹ ਹੋਣਾ ਫਿਰ ਤੁਸੀਂ ਇੱਕ ਜਿਹੀ ਰੰਗ ਲੂਗੀ ਜਾਂ ਤਾਂ ਬਨੌਟੀ ਲੈ ਲਓ ਜਾਂ ਅਸਲੀ ਲੈ ਲਓ ਫਿਰ ਉਹਦੇ ਲਈ ਫਿਰ ਉਹ ਨਾ ਸੋਚੋ ਵੀ ਸਾਨੂੰ ਉਹ ਵੈਸਟਰਨ ਕਲਚਰ ਸਾਫ ਮਤਲਬ ਉਦਾਂ ਦੀ ਸਾਸ ਸਭਾਈ ਇੱਥੇ ਵੀ ਆ ਤੁਸੀਂ ਆਪਦੀ ਰੱਖੋ ਬਸ ਆਪਦੇ ਘਰ ਦੀ ਰੱਖੋ ਆਲੇ ਦੁਆਲੇ ਦੀ ਰੱਖੋ ਠੀਕ ਹੈ ਤੁਸੀਂ ਦੇਖੋ ਨਾ ਆਪਣੇ ਵਿਅਕਤੀ ਜਿਹੜੇ ਮੁੰਡੇ ਜੇ ਕੋਈ ਬਾਹਰ ਗਿਆ ਉਹ ਸਾ ਟ੍ਰੈਫਿਕ ਰੂਲ ਫੋਲੋ ਕਰਦਾ ਉਹ ਜਦੋਂ ਇੰਡੀਆ ਚ ਆ ਜਾਂਦਾ ਉਹ ਕਿੰਨੇ ਫੋਲੋ ਕਰਦਾ ਚੰਡੀਗੜੀ ਦੇਖ ਲਾ ਹਾਂ ਤੰਦੀ ਗੜੀਆਂ ਮਤਲਬ ਕੁਝ ਵੀ ਹੈ ਨਾ ਇੱਥੇ ਦੁਕਾਨਦਾਰ ਆ ਉਹ ਕਰਨਗੇ ਕਿ ਸ਼ਹਿਰਾਂ ਵਾਲੇ ਬੱਕਣ ਮਾਰਨਗੇ ਸਭ ਕੁਝ ਸੜਕ ਦੇ ਵਿਚਾਲੇ ਕਰ ਦਿੰਦੇ ਆ ਹੂੰ ਹੂੰ ਜੇ ਉੱਥੇ ਡਸਟਬੀਨ ਲੱਗੇ ਹੋਣ ਚੰਗੀ ਤਰ੍ਹਾਂ ਹਦਾਇਤ ਹੋਵੇ ਜੁਰਮਾਨੇ ਹੋਣ ਤੇ ਲੋਕ ਆਪ ਸੁਧਰ ਜਾਣਗੇ ਤੇ ਲੋਕਾਂ ਨੂੰ ਚਾਹੀਦਾ ਕੀ ਉਹ ਸਹੀ ਤਰ੍ਹਾਂ ਕਰਨ ਹਾਂ ਇਹ ਤਾਂ ਆਪਣੇ ਸਿਰ ਤੇ ਨਾ ਆਪਣੇ ਘਰੇ ਕੈਂਸਫਾਈ ਰਹਿੰਦੀ ਆ ਡ੍ਰੈنگ ਰੂਮ ਚ ਲੌਬੀ ਚ ਰਸੋਈ ਚ ਤੇ ਬਾਹਰ ਮੂਰੇ ਗੰਦ ਬਿਆ ਹੁੰਦਾ ਹਾਂ ਇਹ ਤਾਂ ਇਹ ਤਾਂ ਆਪਣੇ ਸਿਰ ਤੇ ਆ ਇਹ ਤਾਂ ਆਪਣੇ ਆਪਤੀ ਆ ਚਲੋ ਇਹ ਖਬਰ ਸੀਗੀ ਮਾੜੀ ਖਬਰ ਸੀ ਹਾਂ ਤਾਂ ਉਹ ਵੀ ਕਿਸਾਨ ਜੋ ਪ੍ਰੀਤਮ ਸਿੰਘ ਸੀ ਆ ਉੱਥੇ ਤਾਂ ਜਾਏ ਸੀ ਹੂੰ ਤਾਂ ਤਾਂ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਸਾਰੀਆਂ ਭਾਈ ਉਹ ਇੰਟਰਵਿਊ ਸੀ ਕਰਾਇਆ ਸੀਗਾ ਜਸਵਿੰਦਰ ਸਿੰਘ ਲੋਂਗੋਵਾਲ ਨਾਲ ਜਿਹੜੇ ਉਹ ਬੀਕੇਯੂ ਆਯਾਦ ਦੇ ਪ੍ਰਧਾਨ ਆ ਤੇ ਉਸ ਤੋਂ ਬਾਅਦ ਸਾਡੇ ਇੰਟਰਵਿਊ ਤੋਂ ਬਾਅਦ ਹੀ ਉਹਨਾਂ ਦੀ ਮੀਟਿੰਗ ਸੀਗੀ ਬਸ ਟਾਈਮ ਜਿਆ ਦਿੱਤਾ ਵਈ 10 10:30 ਉਹ ਇੰਟਰਵਿਊ ਲੋਕਾਂ ਨੇ ਦੇਖ ਹੀ ਲਿਆ ਹੋਣਾ ਤੇ ਉੱਚ ਗੱਲਾਂ ਸੀ ਕਾਫੀ ਸਪਸ਼ਟ ਕੀਤੀਆਂ ਤੇ ਉਹ ਦੂਵਾ ਸ਼ਾਮ ਨੂੰ ਜਦੋਂ ਆਪਣੇ ਕੋਲੇ ਖਬਰ ਆਈ ਉਹਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਹੂੰ ਉਹ ਮੰਨ ਲਈਆਂ ਜਾਂ ਜਾਂ 10 ਲੱਖ ਰੁਪਈਆ ਨੌਕਰੀ ਤੇ ਹੋਰ ਜਿਹੜਾ ਦੱਸ ਵੀ ਹੀ ਕਲਾਂਦੀ ਸ਼ਾਇਦ ਕਰ ਲਈ ਜਿਹੜੀ ਪੰਨ ਤੋੜ ਹੋਈ ਹੈ ਇਹ ਚੀਜ਼ ਉਹ ਤਾਂ ਬੁੱਧੇ ਪੰਨ ਤੋੜ ਬਹੁਤ ਗੱਲਾਂ ਇਸ ਤਰੀਕੇ ਨਾਲ ਬਸ ਨੂੰ ਪੰਨ ਰਿਹਾ ਸੀ ਪੁਲਿਸ ਮੁਲਾਜ਼ਮ ਗਾਲਾਂ ਵੀ ਕੱਢੀਆਂ ਹਾਂ ਅਸੀਂ ਨਿੱਜੀ ਤੌਰ ਤੇ ਪਤਾ ਵੀ ਕਰਾਇਆ ਗਾਲਾਂ ਵੀ ਕੱਢੀਆਂ ਆਈਆਂ ਵੀ ਕਿਤੇ ਨਾ ਕਿਤੇ ਆਪਾਂ ਕਹ ਲਈਏ ਵੀ ਹਾਲਾਂਕਿ ਅਸੀਂ ਉਹਨਾਂ ਨੂੰ ਆਫ ਰਿਕਾਰਡ ਵੀ ਕਈ ਲੋਕਾਂ ਨੂੰ ਉੱਥੇ ਪੁੱਛਿਆ ਉਹ ਕਹਿੰਦੇ ਵੀ ਸਾਡਾ ਸੀਗਾ ਵੀ ਅਸੀਂ ਲਾਂਗੋ ਵਾਲ ਜਿਹੜਾ ਉਹ ਲਿੰਕ ਰੋਡ ਆ ਉੱਥੇ ਉਹ ਬੈਠੇ ਹੋ ਲਿੰਕ ਰੋਡ ਆ ਲਾਂਗੋ ਵਾਲ ਥਾਣੇ ਦੇ ਸਾਹਮਣੇ ਦੀ ਹੁੰਦੇ ਲਾਂਗੋ ਵਾਲ ਛੋਟੇ ਜਿਹੇ ਆਪਾਂ ਗਏ ਰਹੀਏ ਕਸਬੇ ਵਾਂਗੂ ਆ ਵਧੀਆ ਉੱਥੇ ਦੁਕਾਨਾਂ ਦਕੂਨਾ ਮਾਰਕੀਟ ਵਧੀਆ ਉੱਥੋਂ ਬੜਬਰ ਟੋਲ ਪਲਾਜੇ ਤੇ ਆਉਣਾ ਸੀ ਹੂੰ ਮੰਨ ਕੇ ਚੱਲੋ 5-6 ਕਿਲੋਮੀਟਰ ਹੋਊ ਉੱਥੋਂ ਮਨ ਲੱਗਦਾ ਤੇ ਜਾਂ ਉਹਨਾਂ ਦਾ ਪਲਾਨ ਸੀ ਵੀ ਉੱਥੋਂ ਬੜਬਰ ਟੋਲ ਪਲਾਜੇ ਤੋਂ ਅਸੀਂ ਜਾਵਾਂਗੇ ਜਿੱਥੇ ਆਪਣਾ ਗੁਰੂ ਘਰ ਆਉਂਦਾਗਾ ਉਹ ਕੀ ਆ ਗੁਰੂ ਘਰ ਦਾ ਨਾਮ ਮੈਂ ਭੁੱਲ ਗਿਆ ਯਾਰ ਸਨਾਮ ਤੋਂ ਬਰਾਲਾ ਰੋਡ ਕਹ ਰਹੇ ਹੋਗੇ ਹਾਂ ਨੀ 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 ਮਸਤੂਆਣਾ ਸਾਹਿਬ ਨਹੀਂ ਮਸਤੂਆਣਾ ਸਾਹਿਬ ਤਾਂ ਨਾਲ ਹੀ ਆ ਗਏ ਨਾ ਬਿਲਕੁਲ ਉੱਥੇ ਮਸਤੂਆਣਾ ਸਾਹਿਬ ਤੋਂ ਅੱਗੇ ਜਿੱਥੇ ਉਹ ਰਣਜੀਤ ਸਿੰਘ ਢੱਡਰਾਂ ਵਾਲਾ ਉਹ ਕੀ ਪਰਮੇਸ਼ਰ ਦਵਾਰ ਪਰਮੇਸ਼ਰ ਦਵਾਰ ਹਾਂ ਉੱਥੇ ਉੱਥੇ ਉਹਨਾਂ ਦਾ ਸੀਗਾ ਵੀ ਅਸੀਂ ਰਾਤ ਨੂੰ ਉੱਥੇ ਸਟੇ ਕਰਨੀ ਆ ਉੱਥੇ ਜਾ ਪ੍ਰਸ਼ਾਦਾ ਛਕਣਾ ਆ ਉੱਥੇ ਸਟੇ ਕਰਨੀ ਤੇ ਉਸ ਤੋਂ ਬਾਅਦ ਅਸੀਂ ਚੰਡੀਗੜ੍ਹ ਦਾ ਉਵੇਂ ਪਲਾਨ ਸੀ ਉਹਨਾਂ ਦਾ ਮਤਲਬ ਯਾਰ ਐਡਾ ਉਵੇਂ ਪੁਲਿਸ ਨੂੰ ਨਹੀਂ ਚਾਹੀਦਾ ਸੀ ਜਿਵੇਂ ਉਹ ਕਲੈਸ਼ ਹੋ ਗਿਆ ਜਾਂ ਜਿਵੇਂ ਸਥਿਤੀ ਵਿਗੜ ਗਈ ਆਈ ਇਹ ਪਹਿਲਾਂ ਵੀ ਦੇਖ ਲਿਆ ਆਪਾਂ ਇੱਕ ਦੋ ਵਾਰੀ ਹੂੰ ਮਤਲਬ ਗੱਲ ਬਹੁਤ ਉਵੇਂ ਨਹੀਂ ਸੀ ਵੀ ਉਹ ਉੱਥੇ ਜਾ ਰਹੇ ਸੀ ਯਾਰ ਤੁਸੀਂ ਜਾਣ ਦੋ ਓਵਰ ਐਕਟ ਹੋ ਰਿਹਾ ਹੋ ਰਿਹਾ ਨਾ ਇਹ ਪਹਿਲੀ ਯਾਰ ਨਹੀਂ ਸੀਗਾ ਵੀ ਤੁਸੀਂ ਕੋਈ ਟੋਲ ਪਲਾਜ਼ਾ ਰੋਕ ਰਹੇ ਹੈ ਪਹਿਲੀ ਯਾਰ ਨਹੀਂ ਸੀ ਉਹ ਮੇਨ ਹਾਈਵੇ ਤੇ ਜਾ ਰਹੇ ਆ ਮਤਲਬ ਉਹ ਇੰਨੀ ਜਲਦਬਾਜੀ ਚ ਜਾਂ ਉਹ ਜਿਹੜਾ ਸਿਸਟਮ ਹੋ ਗਿਆ ਤਾਂ ਉਹ ਵੱਡਾ ਉਹ ਹੋ ਗਿਆ ਹੁਣ ਕਿਸਾਨ ਕਹਿ ਰਹੇ ਆ ਕਿ ਅਸੀਂ ਆਪਦੀ ਰਾਜਧਾਨੀ ਜਾ ਕੇ ਆਦੀ ਆਵਾਜ਼ ਹੀ ਬੰਦ ਨਹੀਂ ਕਰ ਸਕਦੇ ਹਾਂ ਹਾਂ ਫਿਰ ਉਹੀ ਗੱਲਾਂ ਹੋ ਗਈਆਂ ਨਾ ਉਹ ਫਿਰ ਵਿਗੜ ਗਈ ਗੱਲ ਕਿਤੇ ਮਤਕਾ ਚੌਂਚ ਕਿੰਨੀਆਂ ਰੌਣਕਾਂ ਚਲੋ ਧਰਨੇ ਲੱਗਦੀ ਸੀ ਤੇ ਅੱਜ ਮਟਕਾ ਚੌਂਕ ਵਰਗੇ ਕੁਝ ਪਤਾ ਹੀ ਨਹੀਂ ਹੂੰ ਤੁਸੀਂ ਲੋਕਾਂ ਨੂੰ ਜਾਣਦੇ ਹੂੰ ਉੱਥੇ ਕਿਸਾਨਾਂ ਨੂੰ ਪਹੁੰਚਣ ਦਾ ਦੋ ਤੁਸੀਂ ਇੱਕ ਥਾਂ ਲੋਡ ਕਰ ਦੋ ਚਲੋ ਇੱਥੇ ਪਹੁੰਚ ਕੇ ਪ੍ਰਦਰਸ਼ਨ ਕਰ ਲਓ ਆਉਂਦਾ ਇੱਕ ਹੋਰ ਵੀ ਗੱਲ ਹੋ ਗਈ ਜਿੰਨੇ ਕਿਸਾਨ ਜੁਨੀਅਨ ਹੈਗੀਆਂ ਐਕਟਿਵ ਸੀਗੀਆਂ ਇਹ ਇਹ ਸਾਰੀਆਂ ਦੇ ਟਵਿੱਟਰ ਹੈਂਡਲ ਜਾਂ ਆਪਾਂ ਪੇਜ ਬੰਦ ਕਰੇ ਫਿਰ ਟਵਿੱਟਰ ਹੈਂਡਲ ਕਿੰਨੇ ਬੰਦ ਕਰੇ ਘਰਾਂ ਚ ਸ਼ਾਪਾਂ ਵਿੱਚ ਮਰੀ ਚਾਰ ਚਾਰ ਬਰੇ ਇੱਕ ਮੁੰਡਾ ਦਾ ਬਲਦੀਪ ਸਿੰਘ ਮੁੰਡਾ ਐਡਵੋਕੇਟ ਆ ਨੌਜਵਾਨ ਮੁੰਡਾ ਦਾ ਸਾਨੂੰ ਬਹੁਤ ਮਿਲਦਾ ਰਿਹਾ ਉੱਥੇ ਸਿੰਘੂ ਬਾਰਡਰ ਉਹ ਹੈਗਾਗਾ ਬੀਕੇਯੂ ਕ੍ਰਾਂਤੀਕਾਰੀ ਸਰਜੀਤ ਸਿੰਘ ਫੂਲਹਣਾ ਦੀ ਜਥੇਬੰਦੀ ਦਾ ਨੌਜਵਾਨ ਮੁੰਡਾਗਾ ਇਹ ਸ਼ਾਇਦ ਬਠਿੰਡੇ ਜ਼ਿਲ੍ਹੇ ਦਾ ਹੀ ਆ ਮੁੰਡਾ ਉਹ ਤੇ ਉਹਦਾ ਪਤਾ ਹੀ ਨਹੀਂ ਹਜੇ ਪੁਲਿਸ ਦਾਸੀ ਨਹੀਂ ਰਹੀ ਕਿੱਥੇ ਆ ਮੁੰਡਾ ਸਾਨੂੰ ਇਹਨਾਂ ਦੀ ਜਥੇਬੰਦੀ ਦਾ ਇੱਕ ਮੁੰਡਾਗਾ ਸ਼ਾਇਦ ਪ੍ਰੈਸਿਕ ਤਰਾਪਰ ਗੜਤ ਸਿੰਘ ਉਹਨੇ ਦੱਸੀ ਮੈਨੂੰ ਗੱਲ ਇਹ ਤੇ ਇਹ ਗੱਲ ਫਿਰ ਗੱਲ ਇਹ ਗਲਤ ਆ ਨਾ ਪਹਿਲਾਂ ਇਹ ਤਰੀਕਾ ਸੀ ਹਰਿਆਣਾ ਹਰਿਆਣਾ ਸਰਕਾਰ ਦਾ ਹਰਿਆਣਾ ਪੁਲਿਸ ਦਾ ਜਦੋਂ ਕੋਈ ਵੀ ਕਾਲ ਹੁੰਦੀ ਤਾਂ ਹਰਿਆਣਾ ਪੁਲਿਸ ਪਹਿਲਾਂ ਸਾਰ ਨੂੰ ਚੱਕ ਲੈਂਦੀ ਸੀ ਹਾਂ ਤੇ ਪੰਜਾਬ 'ਚ ਹੁਣ ਮਾਨ ਸਰਕਾਰ ਦੇਖੋ ਜਿਹੜਾ ਟਰੈਕਟਰ ਵਾਲਾ ਸੀਨ ਸੀ ਕਿਵੇਂ ਟਰੈਕਟਰ ਦੇ ਪਿੱਛੇ ਬੱਸ ਭਜਾਈ ਮਤਲਬ ਕੀ ਲੋਡ ਸੀ ਯਾਰ ਮਤਲਬ ਉਹ ਮੁੰਡਿਆਂ ਦਾ ਜਿਹੜਾ ਇੱਕ ਸ਼ਾਰਟ ਜਿਹਾ ਇੰਟਰਵਿਊ ਟਾਈਪ ਜਿਹਾ ਆ ਤੂੰ ਸੁਣਿਆ ਉਹ ਕਹਿ ਰਹੇ ਆ ਵੀ ਸਾਨੂੰ ਇਹਨਾਂ ਨੇ ਮਾਰਿਆ ਸਾਡੇ ਪੱਗਾਂ ਮੁੱਕੇ ਲਾ ਕੇ ਪਸ ਪੈਰਾਂ ਰੋਲੇ ਗਏ ਆ ਸਾਡੇ ਸਿਰ ਤੇ ਡਾਂਗਾ ਮਾਰੇ ਆ ਉਹ ਉਸ ਤੋਂ ਬਾਅਦ ਭਜਾਏ ਆ ਹੂੰ ਉਹ ਨਹੀਂ ਤੂੰ ਇਹਦੂ ਬਾਅਦ ਦੀ ਗੱਲ ਕਰ ਰਿਹਾ ਹੈਗਾ ਫੜਨ ਤੋਂ ਬਾਅਦ ਦੀ ਨਹੀਂ ਫੜਨ ਤੋਂ ਬਾਅਦ ਘੁੱਟਿਆ ਉਹਨਾਂ ਨੂੰ ਨਹੀਂ ਫੜਨ ਤੋਂ ਬਾਅਦ ਨਹੀਂ ਪਹਿਲਾਂ ਪਹਿਲਾਂ ਅਸਲ ਝਕਾਣੀ ਕੀ ਹੋਈ ਆ ਟਰੈਕਟਰ ਕਿਉਂ ਭਜਾਇਆ ਗਿਆ ਹੂੰ ਉੱਥੇ ਵੀ ਡਾਂਗ ਡੂੰਗ ਚੱਲੀ ਗਾਲਾਂ ਗੂਣਾ ਕੱਢੀਆਂ ਫੇਰ ਉਹ ਕਹਿੰਦੇ ਅਸੀਂ ਫੇਰ ਭਜਾਇਆ ਟਰੈਕਟਰ ਇਹ ਵੀ ਗੱਲ ਆਈ ਏ ਇੱਕ ਟਰੈਕਟਰ ਭਜਾਇਆ ਤਾਂ ਹੀ ਤਾਂ ਉਹ ਕਿੱਡਾ ਰਿਸਕੀ ਸੀ ਤੁਸੀਂ ਦੇਖੋ ਜਦੋਂ ਫੁੱਟਪਾਥ ਤੋਂ ਆਇਆ ਜਾਂਦਾ ਸਾਹਮਣੋਂ ਕੋਈ ਵੀ ਕਲਿੱਕ ਕਾਰ ਆਈ ਵੀ ਜਾਂਦੀ ਹੁਣ ਪਾਸੇ ਦੀ ਕਰ ਲਈ ਤੇ ਜੇ ਬਾਏ ਚਾਂਸ ਹੁਣ ਜਿਵੇਂ ਕਾਰਾਂ ਚਾਹ ਕਰੂਜ਼ ਮੋਡ ਲੱਗਿਆ ਹੁੰਦਾਗਾ ਜੀ ਤੁਸੀਂ ਉਹ ਸਪੀਡ ਸੈੱਟ ਕਰੀ ਹੁੰਦੀ ਏ ਜਾਂ ਬਾਏ ਚਾਂਸ ਕੋਈ ਵੱਡੀ ਮਤਲਬ ਜਦ ਤੁਸੀਂ ਆਹ ਘੋੜਾ ਟਾਈਪ ਜਾਂ ਟਰਾਲਾ ਹੁੰਦਾ ওভারਲੋਡਡ ਇੱਕ ਉਹ ਪੁਲ ਸੀਗਾ ਪੁਲ ਉੱਥੋਂ ਸਪੀਡ ਜੀ ਉਹੋ ਜੀ ਬਣੀ ਹੁੰਦੀ ਐ ਤੇ ਉਹ ਸਾਰਾ ਕੁਝ ਤਿੱਤਰ-ਵਿੱਤਰ ਹੋ ਜਾਣਾ ਸੀ ਜੇ ਜਾਂ ਨਾ ਟਰੈਕਟਰ ਟਰਾਲੀ ਪਲਟੀਆਂ ਦੀ ਕਿੱਡਾ ਨੁਕਸਾਨ ਉਹ ਵੀ ਕੀ ਹੈ ਯਾਰ ਸਿਸਟਮ ਤੁਸੀਂ ਇਹ ਦਾ ਲੋ ਬੱਸ ਤੁਸੀਂ ਪਿੱਛੇ ਲਈ ਵੀ ਆ ਉਹ ਜਾ ਰਹੇ ਚੰਡੀਗੜ੍ਹ ਨੂੰ ਉਹ ਨਾ ਤਾਂ ਕੋਈ ਅਤਵਾਦੀ ਸੀ ਨਹੀਂ ਨਹੀਂ ਮੁੰਡੇ ਚੰਡੀਗੜ੍ਹ ਜਾ ਰਹੇ ਆ ਹੁਣ ਜਦੋਂ ਸ਼ਹਿਰ ਦੀ ਬੈਰੀਕੇਟਿੰਗ ਜਾਂ ਚੰਡੀਗੜ੍ਹ ਪੁਲਿਸ ਉੱਥੇ ਹਾਈਵੇ ਤੇ ਵੱਡੀ ਬੈਰੀਕੇਟਿੰਗ ਹੋਊਗੀ ਬੱਸ ਲਾ ਕੇ ਰੋਕਿਆ ਜਾਊ ਆਹੀ ਇੱਥੇ ਸੀ ਲੰਗੋਵਾਲ ਵੀ ਲਿੰਕ ਹਾਈਵੇ ਦੇ ਉੱਤੇ ਫਰਜ਼ ਕਰੋ ਬੜਬਰ ਟੋਲ ਪਲਾਜ਼ਾ ਰੋਕਣਾ ਉਹਨਾਂ ਨੇ ਜਾਂ ਉਹਨਾਂ ਨੇ ਪਰਮੇਸ਼ਰ ਦਵਾਰ ਬੈਠਣਾ ਤਾਂ ਪਟਿਆਲੇ ਵੱਡਾ ਰੋਡ ਹੈਗਾ ਤਾਂ ਵੱਡੇ ਰੋਡ ਦੇ ਉੱਤੇ ਜਿਵੇਂ ਆਮ ਤੌਰ ਦੇ ਉੱਤੇ ਦਿੱਲੀ ਕੀ ਹੋਇਆ ਡਬਲ ਉਹਨਾਂ ਨੇ ਵੈਰੀਗੇਟਿੰਗ ਲਾਉਂਦੇ ਆ ਉਹ ਉਹ ਕੰਡੇ ਵਾਲੀ ਤਾਰ ਲਾਉਂਦੇ ਆ ਮੂਰੇ ਪੱਥਰ ਲਾਉਂਦੇ ਆ 3 ਲੇਅਰ 5 ਲੇਅਰ ਆਫ ਦੀ ਸਕਿਉਰਟੀ ਲਾਉਂਦੀ ਆ ਪੁਲਿਸ ਤਾਂ ਉਹ ਲਾਉਣਾ ਵਧੀਆ ਸੀ ਫਰਜ਼ ਕਰੋ ਜੇ ਰੋਕਣਾ ਤੁਸੀਂ ਰੋਕਣਾ ਹੀ ਸੀ ਨਾ ਸਰਕਾਰ ਨੇ ਪ੍ਰਸ਼ਾਸਨ ਨੇ ਰੋਕਣਾ ਹੀ ਸੀ ਚੰਡੀਗੜ੍ਹ ਜਾਣ ਤੋਂ ਵੀ 5 ਲੇਅਰ ਲਾ ਕੇ ਰੋਕਣਾ ਵਧੀਆ ਸੀ ਕਿ ਉੱਥੇ ਮਤਲਬ ਉਹ ਕਿਸਾਨ ਦਾ ਉਹ ਉਹ ਸੀਨ ਕ੍ਰੀਏਟ ਕਰਤਾ ਜਾਂ ਉਹ ਟਰੈਕਟਰ ਵਾਲਾ ਸੀ ਉਹ ਤੁਸੀਂ ਉਹ ਦੇਖੋ ਇੱਕ ਦੀ ਲੱਤ ਵੀ ਕੱਟੀ ਗਈ ਕਬੱਡੀ ਖੇਡਾਰੀ ਆ ਹਾਂ ਮੁੰਡੇ ਦੇਖਦੀ ਹਰਿਆਣੇ ਚੋਂ ਕੱਟੀ ਗਈ ਆ ਪਰ ਹੈਗਾ ਕਹਿੰਦੇ ਪੰਜਾਬ ਦਾ ਐਂ ਪਤਾ ਲੱਗਿਆਗਾ ਉਹ ਹਾਂਜੀ ਉਹ ਵੀ ਖਾਸ ਗੱਲ ਆ ਨਾ ਉਹ ਮੁੰਡੇ ਟਰੈਕਟਰ ਲੈ ਕੇ ਜਾ ਰਹੇ ਆ ਪਾਣੀ ਪਾਈ ਸੁਖਵੰਤ ਪਹਿਲਾਂ ਸਾਨੂੰ ਰੋਕਿਆ ਦੁਰਵਿਹਾਰਨ ਵਾਲਾ ਹਾਂ ਚੰਗੀ ਭਾਸ਼ਾ ਵਰਤੋਂ ਕੀਤੀ ਜੇ ਮੁੰਡੇ ਨੇ ਟਰੈਕਟਰ ਭਜਾ ਲਿਆ ਨਾ ਤੋਂ ਅਤਵਾਦੀ ਆ ਨਾ ਨਸ਼ਾ ਸਪਲਾਈ ਕਰ ਰਹੇ ਆ ਤੇ ਅੱਗੇ ਜਾ ਕੇ ਫਿਰ ਬੈਰੀਕੇਡ ਤੇ ਹੈਗੀ ਔਰ ਉੱਥੇ ਰੋਕ ਲੈਣਾ ਯਾਰ ਗੱਲ ਉਹੀ ਆ ਨਾ ਜਿਵੇਂ ਹੁਣ ਸਿਸਟਮ ਆਪਾਂ ਦੇਖਿਆ ਕਿਸਾਨੀ ਅੰਦੋਲਨ ਟਾਈਮ ਹੀ ਸਾਰੀਆਂ ਗੱਲਾਂ ਹਨ ਨੂੰ ਸਮਝਾਈਆਂ ਵੀ ਜਿਵੇਂ ਫਸਟ ਲੇਅਰ ਬਣ ਗਈ ਇਹਨਾਂ ਨੇ ਵੈਰੀਗੇਟ ਲਾਤੇ ਵਿੱਚ ਥਾਂ ਹੁੰਦਾ ਫੇਰ ਵੈਰੀਗੇਟਿੰਗ ਲਾ ਦਿੰਦੇ ਆ ਠੀਕ ਐ ਉਸ ਤੋਂ ਬਾਅਦ ਕੋਈ ਆਵਦਾ ਜਾਂ ਮੂਰੇ ਇਹ ਜੇ ਇਹਨਾਂ ਨੂੰ ਲੱਗੇ ਵੀ ਬਹੁਤ ਵੱਡਾ ਐਜੀਟੇਸ਼ਨ ਹੋਣ ਵਾਲਾ ਵਿੱਚ ਇਹ ਆਪਦਾ ਉਹ ਲਾ ਦਿੰਦੇ ਆ ਕੋਈ ਕੰਡੇ ਵਾਲੀ ਤਾਰ ਜੀ ਸੜ ਦਿੰਦੇ ਆ ਪਿੱਛੇ ਉਸ ਤੋਂ ਬਾਅਦ ਜਿਹੜਾ ਸਿੰਪਲ ਚੱਲਦਾ ਤਾਂ ਉਸ ਤੋਂ ਬਾਅਦ ਜਿਹੜੀਆਂ ਪਿੱਛੇ ਉਹ ਵਾਟਰ ਕੇਨ ਵਾਲੀਆਂ ਜਿਹੜੀਆਂ ਗੱਡੀਆਂ ਖੜੀਆਂ ਹੁੰਦੀਆਂ ਜਾਂ ਧੂਏ ਵਾਲੀਆਂ ਖੜੀਆਂ ਹੁੰਦੀਆਂ ਥਰੂ ਗੈਂਸ ਵਾਲੀਆਂ ਮਤਲਬ ਉਹ ਸਿਕਿਉਰਿਟੀ ਚੱਲਦਾ ਆ ਰਿਹਾਗਾ ਉਹਦਾ ਦੇਖਿਆ ਸੀ ਆ ਕੀ ਯਾਰ ਤੁਸੀਂ ਉੱਥੇ ਉੱਥੇ ਉਹ ਕਲ ਲਿੰਕ ਰੋਡ ਦੇਤੇ ਜਾਂ ਟਰੈਕਟਰ ਨਾਲ ਉਹ ਵੱਡੇ ਰੋਡ ਦੇਤੇ ਕਿਵੇਂ ਆ ਮਤਲਬ ਚੰਡੀਗੜ੍ਹ ਨੂੰ ਇਧਰਲੇ ਪਾਸੇੋਂ ਮੁਹਾਲੀ ਉਧਰਲੇ ਪਾਸੇੋਂ ਜੀਰਕਪੁਰ ਡੇਰਾ ਬਸੀ ਜੀਰਕਪੁਰ ਹੀ ਲਾ ਲਓ ਤੁਸੀਂ 27 ਨੱਕੇ ਸੀ ਜੀ ਨਹੀਂ ਚਲੋ ਜਿੰਨੇ ਵੀ ਸੀ ਚੰਡੀਗੜ੍ਹ ਆਏ ਤਾਂ ਹੈ ਨਹੀਂ ਵੀ ਉਹੀ ਗਲੀਆਂ ਵਿੱਚ ਦੀ ਵੜ ਜਾਣਗੇ ਇਕੱਲੇ ਇਕੱਲੇ ਟਰੈਕਟਰ ਮਤਲਬ ਮੇਨ ਹਾਈਵੇ ਹੈ ਨਾ ਹਾਂ 27 ਸੀ ਨਾ ਜਿੱਥੋਂ 27 ਪੁਆਇੰਟ ਸੀ ਜਿਸ ਚੰਡੀਗੜ੍ਹ ਜਾ ਸਕਦੇ ਸੀ ਤਾਂ ਉਹਨੂੰ ਤੁਸੀਂ ਫਿਰ ਬਲੌਕ ਉਹ ਸਾਹਬ ਨਾਲ ਕਰਕੇ ਰੱਖਦੇ ਨਾ ਜਾਂ ਇਧਰੋਂ ਫਰਜ ਕਰੋ ਤੁਸੀਂ ਦੂਰੋਂ ਰੋਕਣਾ ਹੀ ਪਟਿਆਲਾ ਸ਼ਹਿਰ ਸੀ ਤੁਹਾਨੂੰ ਪਟਿਆਲੇ ਤੋਂ ਬਾਅਦ ਰਾਜਪੁਰਾ ਆਉਂਦਾ ਹੈ ਕਿੰਨੇ ਸ਼ਹਿਰ ਆਉਂਦੇ ਜਿਵੇਂ ਜੀਰਕਪੁਰ ਤੋਂ ਪਹਿਲਾਂ ਡੇਹਰਾ ਬਸੀ ਆਉਂਦਾ ਕਿੰਨੇ ਕਿੱਲੇ ਕਿਲੋਮੀਟਰ ਤਾਂ ਉਹਨੂੰ ਡਬਲ ਲੇਅਰ ਲਾ ਸਕਦੀਆਂ ਸੀ ਫਰਜ ਕਰੋ ਵੀ ਜੇ ਪੰਜਾਬ ਸਰਕਾਰ ਦੀ ਸੀ ਪਹਿਲੀ ਗਲਤੀ ਪੰਜਾਬ ਸਰਕਾਰ ਦਾ ਕਿਸਾਨ ਇਹੀ ਗੱਲ ਤੇ ਨਰਾਜ ਹੋਗੇ ਨਾ ਵੀ ਸਾਡਾ ਤਾਂ ਸੈਂਟਰ ਨਾਲ ਸੀ ਹੂੰ ਇਹ ਵੀ ਗੱਲ ਹੈ ਇਹ ਵੀ ਨਾ ਆਰਿਆ ਗੱਲ ਹੈ ਕਿ ਰੌਲਾ ਕਿਨ ਸਰਕਾਰ ਦੇ ਨਾਲ ਆ ਪੰਜਾਬ ਸਰਕਾਰ ਤੱਕੇ ਵਿੱਚ ਵੜ ਰਹੀ ਆ ਜਾਂ ਕੇਂਦਰੀ ਸਰਕਾਰ ਨੂੰ ਸੇਫ ਕਰ ਰਹੀ ਆ ਸਾਡਾ ਦੇਖੋ ਇਹ ਤਾਂ ਹੁਣ ਕਈ ਚੀਜ਼ਾਂ ਹੈਗੀਆਂ ਗੀਆਂ ਮੈਨੂੰ ਨਹੀਂ ਪਤਾ ਤੁਸੀਂ ਨੋਟ ਕਰਿਆ ਕਿ ਨਹੀਂ ਨੋਟ ਕਰਿਆ ਕਈ ਗੱਲਾਂ ਹੁਣ ਅਜੀਆਂ ਹੁੰਦੀਆਂ ਗੀਆਂ ਵੀ ਸਾਰੇ ਫਾਰਮੈਟ ਨਾ ਉਤੋਂ ਆਉਂਦੇ ਆ ਤੇ ਉਹੋ ਜੇ ਇਹਨਾਂ ਮੈਨ ਲਾਗੂ ਕਰਨੇ ਪੈਂਦੇ ਆ ਪਰ ਮਾਨ ਸਾਹਿਬ ਕਹਿੰਦੇ ਆ ਇਸ ਤਾਂ ਕਿਸ ਦੇ ਮੰਦੇ ਨਹੀਂ ਇਸ ਤਾਂ ਆਪਣੀ ਇੱਛਾ ਅਨਸਾਰ ਚੱਲਦੇ ਆ ਸੁਣ ਇੱਕ ਗੱਲ ਦੱਸਦਾ ਆਂ ਗੱਲ ਛੋਟੀ ਜੀ ਆ ਹੋ ਸਕਦਾ ਕੋਈ ਆਪਣੀ ਗੱਲ ਪੁੱਠੀ ਵੀ ਲੈ ਜੇ ਹੂੰ ਕੱਲ ਉਹ ਚੰਦਰਗਯਨ 3 ਜਿਹੜਾ ਉਹ ਗਿਆ ਸਾਰਿਆਂ ਨੇ ਖੁਸ਼ੀ ਮਨਾਈ ਹਾਂਜੀ ਐਮਐਲਏ ਦੇ ਤੁਸੀਂ ਜ਼ਿਆਦਾਤਰ ਪੰਜਾਬਦਿਆਂ ਦੇ 92 ਐਮਐਲਏ ਦੇ ਤੁਸੀਂ ਫੇਸਬੁਕ ਪੇਜ ਚੈੱਕ ਕਰ ਲਿਓ ਹਮ ਇੱਕ ਲਾਈਨ ਇਧਰ ਤੋਂ ਉਧਰ ਨਹੀਂ ਵੜੂ ਜਿਹੜਾ ਉੱਤੋਂ ਆਇਆ ਸੀ ਉਹੀ ਸਾਰਿਆਂ ਨੇ ਕਾਪੀ ਪੇਸਟ ਕਾਪੀ ਪੇਸਟ ਕਾਪੀ ਪੇਸਟ ਕੀਤਾਗਾ ਹਮ ਅਸੀਂ ਇਹਨੂੰ ਨਿੰਦ ਨਹੀਂ ਰਹੇ ਠੀਕ ਹੈ ਖੁਸ਼ੀ ਮਨਾਈ ਖੁਸ਼ੀ ਹੈ ਸਾਰਿਆਂ ਨੂੰ ਹਮ ਪਰ ਆਪਦੇ ਸ਼ਬਦਾਂ ਚ ਖੁਸ਼ੀ ਕਰੋ ਨਾ ਮਤਲਬ ਗੱਲ ਤਾਂ ਇਹ ਆ ਨੀ ਪੋਸਟਾਂ ਹਿੰਦੀ ਸੀ ਕਿ ਪੰਜਾਬੀ ਸੀ ਪੰਜਾਬੀ ਦੀ ਸੀਗੀਆਂ ਪੋਸਟਾਂ ਮੈਂ ਜਿਹੜੀਆਂ ਪੜੀਆਂ ਗਈਆਂ ਮੈਂ 4-5 ਐਮਐਲਏ ਦੀਆਂ ਪੜੀਆਂ ਚਲੋ ਸ਼ੁਕਤੇ ਟਵੀਟ ਨਹੀਂ ਵਿਖੇ ਨਾਲ ਦੀ ਨਾਲ ਉਹੀ ਟਾਈਮ ਤੇ ਐਗਜ਼ੈਕਟ ਟਾਈਮ ਤੇ ਕਿਉਂਕਿ ਉੱਪਰ ਆਏ ਨਾ ਵੀ ਇਹ ਕਰੋ ਬਈ ਕੀ ਪਤਾ ਸਾਰਿਆਂ ਦੇ ਅਕਾਊਂਟ ਹੀ ਉੱਥੇ ਹੋਣ ਨਾ ਜੇ ਚਲੋ ਕੁਝ ਵੀ ਆ ਯਾਰ ਆਪਾਂ ਉਹ ਤੇ ਲੈਣਾ ਦੇਣਾ ਨਹੀਂ ਪਰ ਜਿਹੜੀ ਖੁਸ਼ੀ ਦਾ ਪ੍ਰਗਟਾਵਾ ਦੁੱਖ ਦਾ ਪ੍ਰਗਟਾਵਾ ਜਾਂ ਕੋਈ ਵੀ ਚੀਜ਼ ਆ ਤਾਂ ਉਹ ਤੁਹਾਡੇ ਆਪ ਦੇ ਸ਼ਬਦਾਂ ਚ ਮੈਨੂੰ ਤਾਂ ਲੱਗਦਾ ਹੈਗਾ ਵੀ ਇਹ ਕਿਹੋ ਜਿਹਾ ਸਿਸਟਮ ਆ ਵੀ ਕਾਪੀ ਕਾਪੀ ਤੇ ਅੱਦੇ ਵਧਾਇਕਾਂ ਨੂੰ ਤਾਂ ਪਤਾ ਹੀ ਨਹੀਂ ਹੋ ਚੰਦਰੀਆਂ ਅੰਥੀ ਹੈ ਕੀ ਕਿਆ ਲੋਕ ਕਿਵੇਂ ਸੇਫ ਲੈਂਡਿੰਗ ਹੋਈ ਆ ਨਹੀਂ ਉਹ ਵੀ ਛੱਡ ਦੇ ਯਾਰ ਉਹ ਨਹੀਂ ਚਲੋ ਠੀਕ ਹੈ ਗਿਆਨਤਾ ਹੋਰ ਜਲ ਨਹੀਂ ਹਾਂ ਚਲੋ ਉਹ ਤਾਂ ਪੋਸਟ ਪਾ ਰਹੇ ਆ ਉਹ ਤਾਂ ਫੇਰ ਹੀ ਹੈ ਨਾ ਜੇ ਤੁਸੀਂ ਆਪਦੇ ਸ਼ਬਦਾਂ ਚ ਪਾਉਂਗੇ ਫਿਰ ਗੱਲ ਉੱਥੇ ਹੀ ਆ ਗਈ ਨਾ ਆਪਦੇ ਸ਼ਬਦਾਂ ਚ ਪਾਉਂਗੇ ਤਾਂ ਇੱਕ ਦੋ ਗੱਲਾਂ ਦੂਜੇ ਨਾਲ ਡਿਫਰੈਂਟ ਤਾਂ ਉਹ ਕੁਝ ਲਿਖ ਕੇ ਪਾਉਂਗੇ ਵੀ ਆਹ ਗੱਲ ਹੋਈ ਆ ਭਾਈ ਵਧੀਆ ਗੱਲ ਆ ਚਰਚੇ ਦਾ ਚੌਥਾ ਦੇਸ਼ ਬਣਿਆਗਾ ਇਹ ਇਹ ਵੀ ਹੈ ਕਿ ਮਾਨ ਸਾਹਿਬ ਨੇ ਦੋ ਮੰਤਰੀਆਂ ਤੇ ਬੜੇ ਔਖੇ ਕਹਿੰਦੇ ਜਿਹੜਿਆਂ ਤੇ ਨਾਲ ਪੂਰੀ ਟੀਮਾ ਟੂਮਾ ਘਟਾਤੀਆਂ ਹੂੰ ਕੁਝ ਕੇ ਵਿਧਾਇਕਾਂ ਤੋਂ ਨਾਰਾਜ਼ ਨੇ ਡੀਸੀਆਂ ਨੂੰ ਐਸਐਸਪੀ ਨੂੰ ਫੋਨ ਕਰਤੇ ਕਿ ਸਾਡੇ ਵਿਧਾਇਕ ਦੀ ਗੱਲ ਨਹੀਂ ਸੁਣੀ ਅਜੇ ਮੈਂ ਹੀ ਫੋਨ ਕਰਦਾ ਦੁਬਾਰਾ ਹੂੰ ਚਲੋ ਕੁਛ ਚੱਲ ਹੀ ਜਾਂਦਾ ਹੋਊਗਾ ਬਹੁਤ ਕੁਛ ਹੋਰ ਮੇਰੇ ਪ੍ਰਤਾਪ ਤੇ ਗੁੱਸੇ ਆ ਉਹਨਾਂ ਨੇ ਵੀ ਕੱਲ ਖੁਲਾਸੇ ਕੀਤੇ ਆ ਦੁਬਾਰਾ ਫੇਰ ਨਹੀਂ ਇਹ ਖਬਰ ਪਰਸੋਂ ਦੀ ਆ ਚਲੋ ਕੱਲ ਤੱਕ ਨਹੀਂ ਆ ਪਰਸੋਂ ਹਾਂ ਪਰਸੋਂ ਹਾਂ ਵੀ ਇਹ ਬੋਲ ਤੇ ਪਾਇਆ ਹੈਗਾ ਹੂੰ ਨਹੀਂ ਉਹਨਾਂ ਨੇ ਕੱਲ ਬੋਲ ਤੇ ਪਾਇਆ ਮਾਨ ਸਾਹਿਬ ਪਰਸੋਂ ਨਾਰਾਜ਼ ਨੇ ਇਹ ਪਰ ਖਬਰ ਆ ਪਰਸੋਂ ਦੀਆਂ ਨੇ ਕਿ ਕੁਝ ਵਿਧਾਇਕਾਂ ਤੇ ਮੰਤਰੀਆਂ ਤੋਂ ਨਾਰਾਜ਼ ਨੇ ਹੂੰ ਹੁਣ ਵਿਜੇ ਪ੍ਰਤਾਪ ਸਾਹਿਬ ਵੀ ਕਹਿ ਰਹੇ ਆ ਕਿ ਇਨਸਾਫ ਨੂੰ ਭੁੱਲ ਜਾਓ ਹਾਂ ਉਹ ਤਾਂ ਪਹਿਲਾਂ ਹੀ ਕਹਤਾ ਸੀ ਹੁਣ ਤਾਂ ਆਨ ਰਿਕਾਰਡ ਉਹ ਲਿਖ ਮਤਲਬ ਬੋਲ ਕੇ ਕਹਤੇ ਹੁਣ ਲਿਖ ਕੇ ਪਾ ਰਹੇ ਆ ਕਾਫੀ ਕੁਝ ਲਿਖ ਕੇ ਪਾਇਆ ਉਹਨਾਂ ਨੇ ਵੱਡਾ ਉਹ ਕਹਿਣਗੇ ਐਸਆਈਟੀ ਕੁਝ ਕਰ ਹੀ ਨਹੀਂ ਹੂੰ ਜਵਾਬ ਦਾਖਲ ਨਹੀਂ ਕਰ ਰਹੇ ਮਤਲਬ ਕੀ ਹੈ ਫਿਰ ਹਾਂ ਤੁਸੀਂ ਇੱਕ ਪਾਸੇ ਸਿਆਸੀ ਰੈਲੀਆਂ ਦੇ ਕਹਿ ਰਹੇ ਹੋ ਕਿ ਉਸ ਪਰਿਵਾਰ ਨੇ ਕੁਝ ਕਰਤਾ ਫਲਾਣੇ ਅਧਿਕਾਰੀ ਨੇ ਆ ਕੁਝ ਕਰਤਾ ਇਹ ਦੋਸ਼ੀ ਨੇ ਇਲਜ਼ਾਮਬਾਜ਼ੀ ਕਰ ਰਹੇ ਨੇ ਪਰ ਉਹ ਇਲਜ਼ਾਮਬਾਜ਼ੀ ਤਾਂ ਅਦਾਲਤਾਂ ਵਿੱਚ ਤੈਅ ਹੋਣੀ ਹੈ ਨਾ ਉੱਥੇ ਕਾਰਵਾਈ ਕਰੋ ਉੱਥੇ ਤੁਹਾਡੀ ਐਸਆਈਟੀ ਚੁੱਪਾ ਤੇ ਤੁਹਾਡੇ ਆਪਣੇ ਵਿਧਾਇਕ ਇਹ ਬੋਲ ਰਹੇ ਨੇ ਤੇ ਉਹ ਪਿਛਲੇ 5-6 ਮਹੀਨਿਆਂ ਤੋਂ ਲਗਾਤਾਰ ਬੋਲ ਰਹੇ ਨੇ ਕਿ ਇਨਸਾਫ ਬੋਲ ਜੋ ਸਿਰਫ ਪ੍ਰਮਾਤਮਾ ਦੀ ਕਚਹਿਰੀ ਵਿੱਚ ਇਨਸਾਫ ਮਿਲੂਗਾ ਇੱਥੇ ਇਨਸਾਫ ਨਹੀਂ ਮਿਲਣਾ ਜਿਹੜੀ ਤੁਹਾਡੀ ਪਾਰਟੀ ਦਾ ਆਪਦਾ ਐਮਐਲਏ ਖਾਸ ਕਰਕੇ ਉਹ ਐਮਐਲਏ ਤੋਂ ਵੱਧ ਕੇ ਇੱਕ ਵੱਡਾ ਚਿਹਰਾ ਵੀ ਆ ਦਿਨੂ ਨੇ ਕਿਹਾ ਸੀ ਕਿ ਅਸੀਂ ਉਪ ਮੁੱਖ ਮੰਤਰੀ ਬਣਾਵਾਂਗੇ ਚਲੋ ਉਹ ਵੀ ਚਲੋ ਚਲੋ ਗੱਲ ਪੁਰਾਣੀ ਹੋ ਗਈ ਹੁਣ ਜੋ ਪਾਰਟੀ ਸ਼ਾਮਲ ਕੀਤਾ ਸੀ ਤੇ ਪੂਰੇ ਪੰਜਾਬ ਚ ਫਲੈਕਸ ਲੱਗੇ ਸੀ ਉਹਨੂੰ ਸ਼ਾਮਲ ਕਰਨ ਦੇ ਉਹ ਸ਼ਰਾਰਤ ਨਾ ਕਰਿਆ ਕਰ ਇਹ ਨਾ ਉਹ ਉਹ ਹੋ ਜਾਂਦਾ ਹੈਗਾ ਉਹ ਜਿਹੜਾ ਇੱਕ ਉਹ ਕਿਹਾ ਜਹਮਾ ਤੇ ਨੂਨ ਪਾਉਣ ਵਾਲੀ ਗੱਲ ਹੋ ਜਾਂਦੀ ਹੈ ਹੂੰ ਉਹ ਨਾ ਕਰਿਆ ਕਰ ਤੂੰ ਨੂਨ ਤਾਂ ਪੈਰਾਚਾਰੇ ਦੇਮਾਨ ਜਿੱਤੇ ਹਾਂ ਉਹਨਾਂ ਨੂੰ ਉਹ ਯਾਰ ਕਿੱਥੇ ਗਏ ਬੰਦੇ ਆ ਉਹ ਕਿੱਥੇ ਵਗ ਗਿਆ ਸੌਂਗੇ ਸੌਂਗੇ ਚਪਣੇ ਉਹਦੇ ਭਾਦੋ ਉਹਦੇ ਭਾਦੋ ਆ ਗਈ ਗਰਮੀ ਬਹੁਤ ਪੈ ਰਹੀ ਆ ਮਾਨਸਬ ਸਭ ਜੇ ਕਰੇ ਆਰਾਮ ਕਰੋ ਹੂੰ ਤੇ ਭਾਦੋ ਜਾੜੀ ਅਗਲਾ ਦੇਸੀ ਜੇ ਹੀਰ ਕੂਲਰ ਕਲਰ ਰਵਾ ਕੇ ਵਧੀਆ ਹੈਨਾ ਕੂਲ ਕੂਲਰ ਵਧੀਆ ਉਹ ਚਲਾ ਕਲਾਕਾਰ ਹੁਣ ਗਲਗੁਲਨਾ ਖਰਾਬ ਹੋ ਜੇ ਹੈ ਕਿ ਮੌਸਮ ਬਹੁਤ ਖਰਾਬ ਚੱਲ ਰਿਹਾ ਤੂੰ ਕੀ ਕਰੀ ਜਾਣਾ ਹੁਣ ਕੁਝ ਨਹੀਂ ਮੌਸਮ ਬਹੁਤ ਖਰਾਬ ਆ ਗਲੇ ਗੁਲੇ ਬਹੁਤ ਖਰਾਬ ਹੋ ਰਹੇ ਆ ਬੁਖਾਰ ਹੋਰ ਤੁਸੀਂ ਕਦੇ ਬੈਠੋ ਕਲਾਕਾਰ ਬੰਦੇ ਹੂੰ ਹੂੰ ਬਹੁਤ ਤੇ ਵਿਦਾਇਕ ਰਿਆਜ਼ ਕਰੋ ਹਾਂ ਰਿਆਸਤਾ ਕਰਵਾਤਾ ਹੂੰ ਸਟੂਡੈਂਟਾਂ ਨੇ ਚੰਡੀਗੜ੍ਹ ਚ ਹਾਂ ਲਾਡੀ ਜੀ ਦਾ ਨਹੀਂ ਪਰ ਉਹ ਚ ਗੱਲ ਇਹ ਆ ਵੀ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਉਹ ਵੀਡੀਓ ਸਾਹਮਣੇ ਆਈ ਜਿਹਦੀ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਚ ਇਹ ਹੋਇਆ ਵੀ ਜਿਹੜੇ ਲਾਡੀ ਢੋਸ ਨੇ ਹੂੰ ਐਮਐਲਏ ਨੇ ਆਪਣੇ ਮੋਗੇ ਜ਼ਿਲ੍ਹੇ ਦੇ ਕਿਹੜਾ ਹਲਕਾ ਹੈਗਾ ਧਰਮਕੋਟ ਨਹੀਂ ਮੈਨੂੰ ਕਨਫਰਮ ਨਹੀਂ ਧਰਮਕੋਟ ਹੀ ਆ ਧਰਮਕੋਟ ਹੀ ਆ ਜਿੱਥੇ ਸ਼ਾਇਦ ਅ ਧਰਮਕੋਟ ਤੋਂ ਹੀ ਤੋਤਾ ਸੰਘ ਜੀ ਹਾਰੇ ਨੇ ਉਹਨਾਂ ਨੂੰ ਹੀ ਹਰਾਇਆ ਮੈਨੂੰ ਲੱਗਦਾ ਉਹਨਾਂ ਨੇ ਮੋਗੇ ਤੋਂ ਤਾਂ ਉਹ ਬੀਬਾ ਜਿੱਤੀ ਵੀ ਆ ਜਿਨ੍ਹਾਂ ਨੇ ਬ੍ਰਿਜਿੰਦਰ ਸਿੰਘ ਬਰਾੜ ਨੂੰ ਹੂੰ ਤੇ ਧਰਮਕੋਟ ਤੋਂ ਮਨ ਦਾ ਪੋਤਾ ਸਿੰਘ ਹੀ ਖੜੇ ਸੀ ਮੈਨੂੰ ਮੈਂ ਕਰਦਨ ਕਨਫਰਮ ਚਲ ਤੁਸੀਂ ਆਪਾਂ ਗੱਲ ਲੱਗੇ ਬਤਾਓ ਹਾਂ ਤੁਸੀਂ ਹਾਂ ਚਲੋ ਲਾਡੀ ਟੋਟ ਜੀ ਦੇ ਜਿਹੜੇ ਪੀਏ ਨੇ ਪੀਏ ਸਾਹਿਬ ਅੱਗੇ ਵੀ ਅਕਸਰ ਮੈਂ ਆਪ ਅੱਖੀਂ ਦੇਖਿਆ ਇਹ ਅਸੀਂ ਇੱਕ ਦੋ ਵਾਰੀ ਯੂਨੀਵਰਸਿਟੀ ਗਏ ਲਾਡੀ ਟੋਟ ਜੀ ਉੱਥੇ ਅਸੀਂ ਗੈਸਟ ਹਾਊਸ 'ਚ ਦੇਖਿਆ ਆ ਉੱਥੇ ਜਿਹੜਾ ਉੱਥੇ ਉਹ ਕਿਹੜਾਗਾ ਉਹ ਕਿਹੜਾ ਫੈਕਲਟੀ ਗੈਸਟ ਹਾਊਸ ਆ ਜਿਹੜਾ ਥੋੜਾ ਜਿਹਾ ਵਧੀਆ ਜਿਹੜਾ ਮਹਿੰਗਾਗਾ ਠੀਕ ਹੈ ਉੱਥੇ ਅਸੀਂ ਦੇਖਿਆ ਤਾ ਉਹਦੇ ਵਿੱਚ ਕੀ ਹੁੰਦਾਗਾ ਉਥੇ ਲਾਡੀ ਟੋਸ ਜੀ ਕੁਛ ਇਹਨਾਂ ਦੇ ਪਾਰਟੀ ਦੇ ਜਿਹੜੇ ਵਰਕਰ ਆ ਕਿਉਂਕਿ ਇਹਨਾਂ ਦੀ ਪਾਰਟੀ ਦੀ ਆਪਾਂ ਕਹਿ ਲਈਏ ਵੀ ਉਹ ਜਿਹੜੀ ਸਟੂਡੈਂਟ ਵੈਂਗਾ ਉਹ ਵੀ ਉਥੇ ਆ ਹਨਾ ਉਹਨਾਂ ਦੇ OSFI ਵਾਲੇ ਆ ਮੁੰਡੇ ਤੇ ਹੋਰ ਆ ਮੰਨਦਾ ਇੱਕ ਦੋ ਮੁੰਡੇ ਉਹ ਵਿਰੋਧ ਕਰ ਰਹੇ ਆ ਨਾਰੇਬਾਜੀ ਕਰ ਰਹੇ ਆ ਉਹਨਾਂ ਨੂੰ ਧੱਕਾ ਮੁੱਕੀ ਹੋ ਗਿਆ ਤੇ ਉਹ ਲੜਬੜੋ ਲਪੜੀ ਹੋਗਾ ਸਿਸਟਮ ਮਤਲਬ ਵੀ ਚੋਣਾ ਆਪਾਂ ਕਹਿ ਲਈਏ ਵੀ ਯੂਨੀਵਰਸਿਟੀ ਦੀਆਂ ਤੇ ਉਥੇ ਐਮਐਲਿਆਂ ਦਾ ਜਾਂ ਦੂਜਿਆਂ ਦਾ ਕੀ ਕੰਮ ਇਹ ਪਹਿਲਾਂ ਵੀ ਹੋਈ ਆ ਪਿਛਲੇ ਸਾਲ ਵੀ ਹੋਇਆ ਇਹ ਪਿਛਲੇ ਸਾਲ ਵੀ ਹੋਇਆ ਹਾਲਾਂਕਿ ਪਿਛਲਿਆਂ ਤੋਂ ਪਿਛਲੇ ਸਾਲ ਤੋਂ ਪਿਛਲਿਆਂ ਤੋਂ ਪਿਛਲੇ ਸਾਲ ਅਕਾਲੀ ਕਾਂਗਰਸੀ ਸਭ ਜਾਣਦੇ ਆ ਉੱਥੇ ਇੰਟਰਫੇਰੈਂਸ ਪੂਰੀ ਫੁੱਲ ਹੁੰਦੀ ਆ ਤੇ ਇਹ ਖਤਰਨਾਕ ਆ ਤੇ ਇਹ ਵੀ ਜਿਆਦਾ ਅਲੀਗੇਸ਼ਨ ਲੱਗਦੇ ਆ ਇਹ ਅਕਾਲੀ ਦਲ ਦੇ ਉੱਤੇ ਵੀ ਇਹ ਪਿਰਤ ਇਹਨਾਂ ਨੇ ਪਾਈ ਆ ਭਾਈ ਉਹ ਹੋ ਗਿਆ ਇਹ ਵੀ ਹੱਥਾਂ ਨਾਲ ਦਿੱਤੀਆਂ ਹੁਣ ਮੂੰਹ ਨਾਲ ਫੁੱਲੜੀਆਂ ਪੈ ਰਹਿਣਾਂ ਹਾਂ ਹਾਲਾਂਕਿ ਸੁਖਵੀਰ ਸਿੰਘ ਬਾਦਲ ਕਹਿ ਰਹੇ ਆ ਵੀ ਚਾਹੇ ਭਾਜਪਾ ਨਾਲ ਸੰਧੀ ਹੋ ਜਾਵੇ ਚਾਹੇ ਆਮ ਆਦਮੀ ਪਾਰਟੀ ਦੀ ਹੁਣ ਕਾਂਗਰਸ ਨਾਲ ਤਾਂ ਹੋ ਗਈ ਚਾਹੀ ਬੀਜੇਪੀ ਨਾਲ ਕਰ ਲਓ ਪਰ ਅਕਾਲੀ ਦਲ ਦਾ ਝੰਡਾ ਬੁਲੰਦਾ ਉਹਨਾਂ ਦੀ ਕੱਲ ਸਪੀਚ ਆ ਉਹ ਕਹਿੰਦੇ ਵੀ ਤੁਹਾਨੂੰ ਆਂਡਿਆਂ ਦਾ ਵੀ ਤੇ ਜਿਹੜੇ ਤੁਸੀਂ ਮੁਰਗੇ ਖਾ ਗਏ ਉਹਨਾਂ ਦੇ ਖੰਭ ਖੰਭ ਸਾਹਮਣੇ ਰੱਖ ਲਿਓ ਉਹਦਾ ਵੀ ਸਾਰਿਆਂ ਦਾ ਮੁਆਵਜ਼ਾ ਮਿਲੂ ਪੁੱਤ ਦੀ ਸਪੀਚ ਆ ਯਾਰ ਉਹ ਉਹ ਇਹ ਨਾ ਸਾਰੇ ਇਕੱਠੇ ਹੋਏ ਸੀ ਸ਼ਾਇਦ ਨਹੀਂ ਕਾਂਗਰਸੀ ਜੀ ਉੱਥੇ ਤਾਂ ਮੁਹਾਲੀ ਤੇ ਕਿਤੇ ਹੋਰ ਇਕੱਠੇ ਹੋਏ ਸੀ ਕਹਿਵੜਾ ਰਹਿ ਆ ਇਹ ਨਹੀਂ ਸਾਰੇ ਇਕੱਠੇ ਹੁੰਦੇ ਕਾਂਗਰਸੀ ਨਹੀਂ ਕਾਲੀ ਦਲ ਵਾਲੇ ਕਾਲੀ ਦਲ ਸਾਰੇ ਨਹੀਂ ਕਰਦੇ ਦੇਖੋ ਜੀ ਜੇ ਕਿਸ ਨੇ ਬੱਕਰੀ ਖਾਓ ਮਾਸੂਮ ਸਖਾਦਾ ਆਲਾ ਹੋ ਗਿਆ ਮੁਰਗੀ ਹੋ ਗਿਆ ਜੀ ਫੇਰ ਵਿੱਚ ਪਿਛਵਾ ਅੰਡਾ ਜੋਂ ਦਾ ਹਾਂਜੀ ਅੰਡਾ ਵੀ ਕਿਨੇ ਬੱਕਰਾ ਵੀ ਖਾਦਾ ਤੇ ਮੁਰਗਾ ਹੀ ਤਾਂ ਖੰਬ ਖੰਬ ਰੱਖ ਲੋ ਭਾਈ ਸਾਹਿਬ ਕੇ ਮੁਆਵਜ਼ਾ ਲਵਾਂਗੇ ਤੇ ਲੈਣਾ ਬੰਦਾ ਵੀ ਹੈ ਜੀ ਹਮ ਇੱਕ ਪਾਸੇ ਮਾਨ ਸਾਹਿਬ ਕਹਿ ਰਹੇ ਆ ਹਮ ਕਿਸੀ ਕੱਲੀ ਕੱਲੀ ਚੀਜ਼ ਦਾ ਮੁਆਵਜ਼ਾ ਦੇਵਾਂਗੇ ਤੁਸੀਂ ਦੇਖੋ ਹੁਣ 186 ਕਰੋੜ ਰੁਪਏ ਮੁਆਵਜ਼ਾ ਜਾਰੀ ਕੀਤਾ ਹਾਂਜੀ ਪੋਸਟਰ ਪੈਗੇ ਹਮ ਵਾਹ ਵਾਹ ਹੋ ਰਹੀ ਆ ਪੋਸਟਰ ਪੈਗੇ ਹਾਂ ਪੋਸਟਰ ਮੈਂ ਨਹੀਂ ਦੇਖਿਆ ਮੈਂ ਫੇਸਬੁਕਾਂ ਤੇ ਬੈਠ ਗਿਆ ਕੱਲੇ ਮੈਂ ਬਿਆਨ ਸੁਣਾਇਆਗਾ ਵੀ 186 ਕਰੋੜ ਪਤ ਨਹੀਂ ਕਿੰਨੇ ਜ਼ਿਲ੍ਹਿਆਂ ਦੇ ਡੀਸੀਆਂ ਨੂੰ 186 ਕਰੋੜ ਮੁਆਵਜ਼ਾ ਜਾਰੀ ਕਰਤਾ ਪੋਸਟਰ ਪੈਗੇ ਵਾਵਾ ਹੋ ਰਹੀ ਆ ਪਰ ਮਾਨ ਸਾਹਿਬ ਦੇ ਆਪਣਾ ਇੱਕ ਮੰਤਰੀ ਕਹਿ ਰਿਹਾ ਸਾਡਾ 1500 ਕਰੋੜ ਰੁਪਏ ਦਾ ਨੁਕਸਾਨ ਹੋਇਆ ਤੇ ਜਾਰੀ ਸਿਰਫ ਹੋਇਆ ਜੀ 186 ਕਰੋੜ ਰੁਪਏ ਹੂੰ 200 ਪਲੱਸ ਕਰੋੜ ਇਹਨਾਂ ਨੂੰ ਆਇਆਗਾ ਕੇਂਦਰ ਦਾ ਹਾਂ ਉਹਦੇ ਚ ਜਾਰੀ ਕਰਿਆ ਹੋਇਆ 186 ਚਲ ਦੇਖੋ ਚਲ ਆਪਣੀ ਉਸ ਗੱਲ 'ਚ ਪੈਂਦੇ ਤੇ ਫਿਰ ਕਿੰਨੇ ਕ ਪੈਸੇ ਤੁਸੀਂ ਜੀ ਵਾਵਾ ਕਰ ਰਹੇ ਹੋ ਇੱਕ ਵਾਰ ਦਾਵਾ ਕਰਨ ਕਿ 1500 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਫਿਰ ਤੁਸੀਂ 186 ਕਹਿੰਨ ਲੋ 200 ਕਰੋੜ ਰੁਪਏ ਮੰਨ ਲਓ ਨੇ ਜਾਰੀ ਕਰਤਾ ਹਾਂ ਤੇ 1300 ਕਰੋੜ ਰੁਪਏ ਹਜੇ ਬਾਕੀ ਪਿਆ ਲੋਕ ਤਾਂ ਹਰੇ ਚੀਕਾ ਮਰੀ ਜਾਂਦੇ ਆ ਯਾਰ ਤੇ ਇੰਨਾ ਖਾਚ ਤੇ ਤੂੰ ਪਹਿਲਾਂ ਹੋ ਵੀ ਗਿਆ ਹੋਣਾ ਨਾ ਹੁਣ ਇਹ ਤੇ ਕੇਂਦਰ ਸਰਕਾਰ ਵੀ ਪੰਜਾਬ ਨਾਲ ਤੱਕਾ ਕਰ ਰਿਆ ਹੁਣ ਤੱਕ ਤਕਰੀਬਨ ਉਹਨੇ 200 ਕਰੋੜ ਰੁਪਏ ਜਾਰੀ ਕਰਤਾ 218 ਪਰ ਪੰਜਾਬ ਦਾ ਬੰਦ ਦਾ ਸੀ 500 ਕਰੋੜ ਤੋਂ ਕੁਝ ਵੱਧ ਜੋ ਉਹਦਾ ਹੱਕ ਸੀ ਹੁਣ ਤੱਕ ਜਾਰੀ ਕਰਨ ਦਾ ਪਰ ਨਾ ਜੀ ਨਾ ਕੇਂਦਰ ਸਰਕਾਰ ਕਹਿੰਦੀ ਨਾ ਪੰਜਾਬ ਦੇ ਨਾਲ ਤਾਂ ਸੀ ਤੱਕਾ ਹੀ ਕਰਨਾ ਦੱਸ ਨੇ ਕਿ 582 ਕਰੋੜ ਰੁਪਏ ਬੰਦੇ ਸੀ ਜਾਰੀ ਕਰਨੇ ਸੀ ਕੇਂਦਰ ਨੇ ਪੰਜਾਬ ਨੂੰ ਪਰ ਹਜੇ ਤੱਕ ਕੀਤੇ ਨੇ ਸਿਰਫ 37% ਦੀ ਜੋ ਰਾਤ ਪ੍ਰਬੰਧਨ ਵਾਸਤੇ ਨਾ ਜਾਰੀ ਕੀਤਾ ਪਰ ਇਸ ਦੇ ਮੁਕਾਬਲੇ ਜੇ ਕਹਿੰਦੇ ਗੁਜਰਾਤ ਦੀ ਹੂੰ ਗੁਜਰਾਤ ਨੂੰ 1556 ਕਰੋੜ ਰੁਪਏ ਬੰਦੀ ਸੀ ਅਲੋਕੇਸ਼ਨ ਪੂਰੀ ਹੈ ਉਹਨਾਂ ਨੂੰ 1140 ਕਰੋੜ ਰੁਪਏ ਦੀ ਕਰਤੀ ਚਲੋ ਜੀ ਉਹਨੇ ਤੇ 70% ਹੋ ਗਈ ਹਮਮਮ ਤੇ ਹੁਣ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਆ ਆਪਣੇ ਤਾਂ ਅੱਧੀ ਵੀ ਨਹੀਂ ਹੋਈ ਹਾਂ ਹਮਮ ਇੱਕ ਬਾਈ ਜਾਖੜ ਸਾਹਿਬ ਕਹਿ ਰਿਹਾ ਨਹੀਂ ਜੀ ਕੇਂਦਰ ਸਰਕਾਰ ਅਮਿਤ ਸ਼ਾਹ ਜੀ ਨਰਿੰਦਰ ਮੋਦੀ ਜੀ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਆ ਪੰਜਾਬ ਨੂੰ ਬਹੁਤ ਪਿਆਰ ਕਰਦੇ ਆ ਤੇ ਫਿਰ ਪੰਜਾਬ ਦੇ ਪੈਸੇ ਜਾਰੀ ਕਰ ਦਿਓ ਇਹਦਾ ਫਿਰ ਜਾਖੜ ਸਾਹਿਬ ਨੂੰ ਦੇਖਣਾ ਪੂ ਵੀ ਬਾਈ ਜੇ ਹੁਣ ਮੁੱਖ ਮੰਤਰੀ ਵਾਲੀ ਔਰ ਸੀ ਨੂੰ ਹੱਥ ਪਾਉਣਾਗਾ ਅੱਗੇ ਵੀ ਹੱਥ ਤਾਂ ਪੈ ਗਿਆ ਹੀ ਪੈਂਦੇ ਪੈਂਦੇ ਤਲਕ ਗਿਆ ਹੱਥ ਹੂੰ ਵੀ ਜੇ ਹੁਣ ਚੰਗੀ ਤਰ੍ਹਾਂ ਪਾਉਣਾਗਾ ਵੀ ਬੀਜੇਪੀ ਦੇ ਕਮਲ ਤੇ ਸਵਾਰ ਹੋ ਕੇ ਹੂੰ ਤਾਂ ਭਾਈ ਫਿਰ ਕੁਛ ਕਰਨਾ ਪਊਗਾ ਆਏ ਆਏ ਨੀ ਬੰਦਾ ਇਹ 1500 ਕਰੋੜ ਦਾ ਸਰਕਾਰ ਨੁਕਸਾਨ ਕਹਿ ਰਹੀ ਹੈ 11200 ਕਰੋੜ ਰੁਪਇਆ ਲੈ ਕੇ ਆ ਉਹ ਪੰਜਾਬ ਕੀ ਪਹਿਲਾਂ ਖਾਸ ਕਰਕੇ ਹਜੇ ਤੱਕ ਇਹ ਵੀ ਨਹੀਂ ਪਤਾ ਲੱਗਿਆ ਕਿੰਨੇ ਕਿਸਾਨ ਰੁੜ ਗਏ ਕਿੰਨੇ ਪਸ਼ੂ ਰੁੜ ਗਏ ਕਿੰਨੇ ਬੇਜਵਾਨੇ ਕੀ ਹੋ ਗਿਆ ਕੀ ਨਹੀਂ ਇਹ ਵੀ ਹਜੇ ਡਾਟੇ ਆਉਣੇ ਬਾਕੀ ਬਾਕੀ ਆ ਖਾਸ ਗੱਲ ਇਹ ਵੀ ਹੈ ਨਾ ਕਿ ਮਾਨ ਸਾਹਿਬ ਕਹ ਰਹੇ ਸੀ ਮਿੰਤ ਨਹੀਂ ਕਰਨੀ ਕਿਸ ਦੀ ਹੂੰ ਅਸੀਂ ਭੀਖ ਨਹੀਂ ਮੰਗਦੇ ਤੁਸੀਂ ਭੀਖ ਨਾ ਮੰਗੋ ਹੱਕ ਤਾਂ ਲਓ ਪੰਜਾਬ ਦਾ ਹੂੰ ਤੁਸੀਂ ਬੜੀ ਇੱਕ ਵਧੀਆ ਐਕਸਪਲੇਨੇਸ਼ਨ ਕਰਦੇ ਹੋ ਟੈਕਸ ਦੀ ਹੂੰ ਕਿ ਤੁਸੀਂ ਸਵੇਰ ਉੱਠਦੇ ਹੋ ਮਾਚਿਸ ਚਲਾਉਣੇ ਹੋ ਟੈਕਸ ਲੱਗਦਾ ਹਾਂ ਤੇ ਸਾਡਾ ਟੈਕਸ ਕਿੱਥੇ ਜਾਂਦਾ ਕੇਂਦਰ ਸਰਕਾਰ ਕੋਲ ਉਹ ਤਾਂ ਪੂਰੀ ਵਧੀਆ ਕਰਦੇ ਆ ਮਾਚਿਸ ਚਲਾਉਣੇ ਹੋ ਹਾਂ ਪੱਖਾ ਛੱਡਦੇ ਹੋ ਫਲਾਣਾ ਝੰਕਾ ਪੱਖਾ ਛੱਡਦੇ ਹੋ ਫਿਰ ਤੁਸੀਂ ਹੈ ਪਾਣੀ ਪਾ ਕੇ ਰੱਖਦੇ ਹਾਂ ਗੈਸ ਤੇ ਗੈਸ ਆਉਣ ਕਰਦੇ ਹਾਂ ਉਦੋਂ ਬਾਅਦ ਕਹਿੰਦੇ ਆ ਵੀ ਉਹ ਚੀਨੀ ਪਾਉਣੇ ਹੋ ਹੈ ਖੰਡ ਪਾਉਣੇ ਹੋ ਆਪਣਾ ਚਾਹ ਪੱਤੀ ਪਾਉਣੇ ਹੋ ਦੁੱਧ ਪਾਉਣੇ ਕੱਲੀ-ਕੱਲੀ ਚੀਜ਼ ਤੇ ਕਹਿੰਦੇ ਟੈਕਸ ਹੈ ਉਹ ਬੜਾ ਵਧੀਆ ਦੱਸਦੇ ਹੁੰਦੇ ਹਾਂ ਤੇ ਮਾਨ ਸਾਹਿਬ ਤੁਸੀਂ ਇਹ ਭੁੱਲ ਗਏ ਕਿ ਉਹ ਟੈਕਸ ਕੇਂਦਰ ਕੋਲ ਜਾਂਦਾ ਤੇ ਕੇਂਦਰ ਤੋਂ ਟੈਕਸ ਪੰਜਾਬ ਨੇ ਭੀਖ ਨਹੀਂ ਲੈਣੀ ਆਪਦਾ ਹੱਕ ਆ ਹਾਂ ਤੁਸੀਂ ਕੱਲ ਨੂੰ ਪ੍ਰਦਰਸ਼ਨ ਕਰੋ ਪੂਰਾ ਪੰਜਾਬ ਤੁਹਾਡੇ ਨਾਲ ਹੂੰ ਚਿੱਠੀਆਂ ਲਿਖ ਰਹੇ ਹਾਂ ਤਾਂ ਲਾਓ ਮੋਰਚਾ ਕਰੋ ਪ੍ਰਾਣਾ ਸਮਾ ਯਾਦ ਦਵਾਰਿੰਦ ਕੇਜਰੀਵਾਲ ਜੀ ਧਰਨੇ ਦੇ ਬੰਦੇ ਹੁੰਦੇ ਸੀ ਹੂੰ ਰਾਏਪਾਲ ਉਪਰਾਏਪਾਲ ਦੇ ਦਫ਼ਤਰ ਵਿੱਚ ਜਾ ਕੇ ਹੁਣੀ ਬਿਠਾ ਦਿਓ ਭੁੱਖ ਹੜਤਾਲ ਤੇ ਜਿਹੜੇ ਐਮਪੀ ਚੁਣੇ ਗਏ ਨਵੇਂ ਕੀ ਗੱਲ ਕਰਦੇ ਹੋ ਕੀ ਗੱਲ ਕਰਦੇ ਹੋ ਕੀ ਗੱਲ ਕਰਤੀ ਜੀ ਨਹੀਂ ਪਰ ਇਹਨਾਂ ਦੇ ਇੱਕ ਐਮਪੀ ਨੇ ਸਾਨੀ ਜੀ ਉਹਨੇ ਬਹੁਤ ਸੋਹਣਾ ਕੰਮ ਕੀਤਾ ਇੱਕ ਦਰਜਨ ਦੇ ਕਰੀਬ ਬੱਚਿਆਂ ਨੂੰ ਬਾਹਰੋਂ ਲੈ ਕੇ ਆਂਦਾ ਇਹ ਕਿ ਫਸੀ ਹੋਈ ਸੀ ਚਲੋ ਵਧੀਆ ਗੱਲਾਂ ਬਧਾਈ ਦੇ ਪਾਤਰ ਨੇ ਫਿਰਸਾਨੀ ਜੀ ਹੂੰ ਪਰ ਜਿਹੜੇ ਬਾਕੀ ਨੇ ਕੋਈ ਆਪਦੇ ਕਾਲਾਂ 'ਚ ਬਿਜੀ ਆ ਹੂੰ ਆ ਜਿਉਂਵਰਸਿਟੀ 'ਚ ਬਿਜੀ ਆ ਕੋਈ ਖੇਡਾਂ 'ਚ ਬਿਜੀ ਆ ਹੂੰ ਉਹ ਖੇਡਾਂ ਫੇਰ ਆ ਗਈਆਂ ਵਤਨ ਪੰਜਾਬ ਦੀਆਂ ਬਿਲ ਬੁਲ ਪਲੀਏ ਕਰਤੇ ਆਪਾਂ ਵਾਰ-ਵਾਰ ਕਹਿ ਰਹੇ ਆ ਇਹ ਹੂੰ ਕਾਦੇ ਟੈਂਟਾਂ ਟੋਂਟਾਂ ਦੇ ਜਾਂ ਹੋਰ ਕੁਰਸੀਆਂ ਕਰ ਸਕਦੇ ਬਹੁਤ ਬਹੁਤ ਪਈ ਆ ਹੁਣ ਇੱਕ ਦਿਨ ਰੌਲਾ ਪੈ ਗਦਾ ਕਿ ਤੁਹਾਡੇ ਐਮਪੀ ਸਾਹਿਬ ਤਾਂ ਨਹੀਂ ਰਹੇ ਉਹਨੇ ਇੱਕ ਦਿਨ ਫੋਟੋ ਪਾਤੀ ਸੀ ਚੇਵਾਜੀ ਕੋਲੇ ਆਏ ਇੱਕ ਅਦਾ ਕੋਈ ਬੱਠਲ ਚੱਕਿਆ ਤੇ ਫੋਟੋ ਪਾ ਤੂੰ ਫਿਰ ਗਾਇਬ ਹੋ ਗਏ ਕਿਹੜੇ ਐਮਪੀ ਅੱਛਾ ਖਿਡਾਰੀ ਜੀ ਖਿਡਾਰੀ ਜੀ ਤੇ ਪੰਜਾਬ ਚ ਫਿਰ ਹਾਲਾਤ ਬਣ ਗਏ ਤੀਜੇ ਹੜ੍ਹ ਵਾਲੇ ਹਾਂ ਦੂਜੇ ਤੀਜੀ ਵਾਰੀ ਹੁਣ ਕਈ ਹਾਲਾ ਤਾਂ ਤਾਂ ਹੁਣ ਕਿਤੇ ਸਰਕਾਰ ਨੂੰ ਕੋਈ ਦਿਖਦੇ ਨਹੀਂ ਹਮ ਇਹਨੇ ਵਿਧਾਇਕ ਸਾਹਿਬ ਜਾ ਰਹੇ ਤੇ ਗੂ ਲੂਕ ਪੈ ਰਹੇ ਆ ਹਮ ਹਾਂ ਪਏ ਆ ਪੂਰੀ ਪਏ ਆ ਖੁੱਲ ਕੇ ਹਮ ਹੁਣ ਚੰਡੀਗੜ੍ਹ ਚ ਕੀ ਹੋਇਆ ਉਹ ਕਹਿੰਦੇ ਪਹਿਲਾਂ ਇਹ ਲੱਡਜੀ ਦੇ ਪੀਣ ਧੱਕਾ ਮਾਰਿਆ ਥੱਪੜ ਮਾਰਿਆ ਕਹਿੰਦੇ ਥੱਪੜ ਵੀ ਮਾਰਿਆਗਾ ਫਿਰ ਉਹਦੋਂ ਥੱਪੜ ਥਪੜੀ ਹੋ ਗਏ ਹਮ ਫਿਰ ਵਿਧਾਇਕ ਸਾਹਿਬ ਕਹਿੰਦੇ ਭੱਜ ਗਏ ਤੇ ਮੈਂ ਖਾਸ ਦੇਖਿਆ ਮੈਨੂੰ ਪਹਿਲਾਂ ਐਸੀ ਪੰਜੀ ਹੋ ਗਈ ਪਹਿਲਾਂ ਮੈਨੂੰ ਐਸੀ ਕਿਤੇ ਕਲੇ ਐਸਓ ਵਾਲੇ ਹੋਣਗੇ ਤੇ ਚਲੋ ਸਿਆਸੀ ਵਿਰੋਧਤਾ ਹੋ ਗਿਆ ਨਾ ਪਰ ਬਾਅਦ ਦੇਖਿਆ ਵਾਕੀ ਵੱਖ-ਵੱਖ ਯੂਨੀਅਨ ਦੇ ਬੱਚੇ ਹੀ ਬੋਲ ਰਹੇ ਸੀ ਹੈਗੇ ਸੀ ਹੈਗੇ ਇਹ ਤਾਂ ਹੋਊਗਾ ਹੀ ਨਾ ਨਹੀਂ ਪਹਿਲਾਂ ਤੁਸੀਂ ਕਹਿੰਦੇ ਸਵਾਲ ਕਰੋ ਹੂੰ ਉਹ ਸਵਾਲ ਕਰ ਰਿਹਾ ਪਹਿਲਾਂ ਤਾਂ ਹੂੰ ਐਸਓ ਦੇ ਮੁੰਡੇ ਦੇ ਸਟicker ਲੱਗਿਆ ਤੇ ਤੁਹਾਡੇ ਪੀਏਸੀ ਮੈਨੂੰ ਐ ਨਹੀਂ ਪਤਾ ਹੁਣ ਪੀਏਸੀ ਕੋਈ ਨਹੀਂ ਦੀਕੀ ਸੀ ਕੋਈਆਂ ਕੋਈ ਹੋਰ ਸੀ ਨੂੰ ਧੱਕੇ ਮਾਰੇ ਫਿਰ ਲੱਪੜਾਏ ਫਿਰ ਉਹ ਦੋ ਲੱਪੜਾ ਕੇ ਇੱਕ ਹੋਰ ਵੀ ਸਾਨੂੰ ਗੱਲ ਦੱਸਦੇ ਨੇ ਗਾਂ ਵਾਲੀ ਹੂੰ ਯੂਨੀਵਰਸਿਟੀ ਦੇ ਵਿੱਚ ਖਾਸ ਕਰਕੇ ਪੰਜਾਬੀ ਹਾਲਾਂਕਿ ਕਿਸੇ ਵੀ ਕਾਲਜ ਯੂਨੀਵਰਸਿਟੀ ਦੀ ਗੱਲ ਕਰ ਲਈਏ ਉਹਦਾ ਆਪ ਦਾ ਡੈਕੋਰਮ ਆ ਆਪ ਦਾ ਇੱਕ ਡਿਸਪਲਨ ਹੁੰਦਾਗਾ ਆਪ ਦਾ ਇੱਕ ਸਿਸਟਮ ਆ ਜਿਹੜਾ ਉਹਨਾਂ ਦਾ ਰਾਜਨੀਤਿਕ ਢਾਂਚਾ ਹੈਗਾ ਅ ਵਿਦਿਆਰਥੀ ਰਾਜਨੀਤੀ ਦਾ ਉਹ ਵੀ ਅਲੱਗ ਆ ਉਹ ਇਹ ਨਹੀਂ ਆ ਸਿਸਟਮ ਨਹੀਂ ਐਮਐਲਏ ਵਾਲਾ ਵੀ ਐਮਐਲਏ ਆਂ ਜਾ ਕੇ ਤੇ ਐਮਐਲਏ ਨਾ ਹੀ ਉੱਥੇ ਐਮਐਲਏ ਦੀ ਕੋਈ ਉਹ ਪਾਵਰ ਆ ਤੇ ਨਾ ਹੀ ਉਹ ਐਮਐਲਏ ਆ ਬਿਲਕੁਲ ਉੱਥੇ ਉਥੇ ਐਮ ਐਲ ਏ ਨਹੀਂ ਉਹ ਪੰਜਾਬ ਦੇ ਇੱਕ ਹਲਕੇ ਦਾ ਐਮ ਐਲ ਏ ਆ ਜਾਂ ਪੰਜਾਬ ਵਿਧਾਨ ਸਭਾ ਉਥੇ ਨਹੀਂ ਇਹ ਵੀ ਗੱਲ ਆ ਫਰਕ ਆ ਇਹ ਗੱਲ ਦਾ ਤੇ ਉਥੇ ਜਾ ਕੇ ਤੁਸੀਂ ਕਿਵੇਂ ਪਹਿਲੀ ਗੱਲ ਤਾਂ ਯਾਰ ਜਾਣੀ ਨਹੀਂ ਚਲੋ ਠੀਕ ਆ ਜੇ ਕਈ ਹੁਣ ਜਿਵੇਂ ਬਰਿੰਦਰ ਢੱਲੋਂ ਹੋ ਗਏ ਹੋਰ ਕਿੰਨੇ ਬੰਦੇ ਆ ਨਗਰਾ ਸਾਹਿਬ ਹੋ ਗਏ ਬਹੁਤ ਬੰਦੇ ਆ ਜਿਹੜੇ ਮਤਲਬ ਆਪਾਂ ਕਹਿ ਦਈਏ ਵੀ ਯੂਨੀਵਰਸਿਟੀ ਦਾ ਪ੍ਰੋਡਕਟ ਨੇ ਇਹ ਸਾਰੇ ਬੰਦੇ ਯੂਨੀਵਰਸਿਟੀ ਚੋਂ ਆਏ ਨੇ ਠੀਕ ਆ ਤੁਸੀਂ ਜੋਬ ਆਪ ਦਾ ਉਹਨਾਂ ਨੂੰ ਬੁਲਾਇਆ ਵੀ ਜਾਂਦਾ ਕੋਈ ਉਹਨਾਂ ਦੀ ਕਾਨਫਰੰਸ ਹੁੰਦੀ ਆ ਕੋਈ ਮਾਨ ਸਨਮਾਨ ਜਾਂ ਕੋਈ ਉੱਥੇ ਧਰਨਾ ਲੱਗਦਾ ਜਿਵੇਂ ਵੀ ਆ ਵੀ ਯੂਨੀਵਰਸਿਟੀ ਚ ਬਹੁਤ ਬੰਦੇ ਜਾਂਦੇ ਆ ਪਰ ਇਹ ਪਤਾ ਕੀ ਸਿਸਟਮ ਆ ਇੱਕ ਹੋਰ ਰਵਾਜ ਆ ਵੀ ਉੱਥੇ ਦਬਦਬਾ ਦਬਦਬਾ ਕਾਇਮ ਕਰਨ ਲਈ ਜਾਇਆ ਜਾਂਦਾਗਾ ਜਾਂ ਬਹੁਤ ਸਾਰੀਆਂ ਜਿਹੜੀਆਂ ਕਮੇਟੀਆਂ ਬੰਦੀਆਂ ਵੀ ਉਹ ਕਮੇਟੀਆਂ ਚ ਸਾਨੂੰ ਹਿੱਸੇਦਾਰੀ ਮਿਲ ਜਾਏ ਜਿਹੜਾ ਕੁਝ ਇਹ ਇਹ ਪਿੱਟ ਸਿਆਪਾ ਬਹੁਤ ਚੱਲਿਆ ਪੰਜਾਬੀ ਯੂਨੀਵਰਸਿਟੀ ਚ ਪਟਿਆਲੇ ਏਰੀਏ ਦੇ ਜਿੰਨੇ ਜ਼ਿਆਦਾਤਰ ਐਮਐਲਏ ਆ ਜਾਂ ਸੰਗਰੂਰ ਏਰੀਏ ਦੇ ਉਹ ਉਹਨਾਂ ਦਾ ਪੂਰਾ ਵਿੱਚ ਆ ਯੋਗਦਾਨ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹ ਵੱਖ-ਵੱਖ ਕਮੇਟੀਆਂ ਚ ਨੇ ਯਾਰ ਪੂਰਾ ਜੋਰ ਲੱਗਿਆ ਇੱਕ ਦੂਜੇ ਦੀ ਉਹਨਾਂ ਨੇ ਲੱਤਾਂ ਖਿੱਚੀਆਂ ਨਹੀਂ ਜੀ ਅਸੀਂ ਆਹ ਕਮੇਟੀ 'ਚ ਫਲਾਣੇ ਬੀਬਾ ਜੀ ਨੇ ਪੈਣਾਗਾ ਫਲਾਣੇ ਐਮ ਐਲ ਏ ਸਾਹਿਬ ਨਹੀਂ ਪੈ ਸਕਦੇ ਫਲਾਣਾ ਆ ਇਹ ਹੈਗਾ ਤੁਸੀਂ ਚੈੱਕ ਕਰ ਲਓ ਇਹ ਇਹੀ ਇਹੀ ਪੰਜਾਬੀ ਯੂਨੀਵਰਸਿਟੀ ਦਾ ਪੰਜਾਬੀ ਯੂਨੀਵਰਸਿਟੀ 'ਚ ਉਹ ਹੋਰ ਟਾਈਪ ਦਾ ਦਬਦਬਾ ਹੂੰ ਨਹੀਂ ਪੰਜਾਬੀ ਵੀ ਅਸੀਂ ਟੋਲਾ ਪੈਂਦਾ ਕਿ ਭਾਬੀਆਂ ਡਿਪਾਰਟਮੈਂਟ ਵੀ ਇਹ ਕਹਿੰਦੇ ਹਾਂ 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 ਉਹ ਤਾਂ ਚਲੋ ਹੈਗਾ ਹੀ ਆ ਇਹ ਵੀ ਖਾਸ ਨਾ ਸਰਕਾਰ ਚਲੋ ਪਹਿਲਾਂ ਕੁਝ ਨਹੀਂ ਕੀਤਾ ਤੁਸੀਂ ਕੁਝ ਤਾਂ ਕਰੋ ਯਾਰ ਹੂੰ ਕਹਿੰਦੇ ਜਿਹੜਾ ਕੋਈ ਵਿਅਕਤੀ ਲੱਗਿਆ ਉੱਥੇ ਕੋਈ ਮੁਲਾਜ਼ਮ ਹਾਂ ਉਹ ਬਾਹ ਚਾਰ ਦੀ ਪਤਨੀ ਨੂੰ ਸੈੱਟ ਕਰਦਾ ਹਾਂ 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 ਆਪ ਦ੍ਰਿਸ਼ਟਾਂ ਸੈੱਟ ਕਰਦਾ ਇਹ ਵੀ ਜਾਇਂ ਪਰਤਾਲ ਕਰਨੀ ਜ਼ਰੂਰੀ ਆ ਹੂੰ ਵੀ ਸੀ ਸਾਹਿਬੀਆਂ ਕਹਦੀਆਂ ਜਾਂਚਾ ਕਰਨਗੇ ਹੁੱਦੇ ਸਾਬ ਗਣਾ ਦਿੰਦਾ ਜਰ ਇਹ ਵੀ ਸੀ ਸਾਹਿਬ ਨੂੰ ਕੋਈ ਕਮੇਟੀ ਬਣਾਓ ਇੱਕ ਕਿ ਕਿੰਨੇ ਕਿੰਨੇ ਪਰਿਵਾਰਕ ਮੈਂਬਰ ਬੈਠੇ ਆ ਵੀ ਸੀ ਸਾਹਿਬ ਤਾਂ ਅੱਗੇ ਕਹਿੰਦਾ ਫੰਡ ਫੁੰਡ ਅੱਗੇ ਆ ਪਿੱਛੇ ਤੇ ਤਾਂ ਕਹਿੰਦੇ ਆ ਗਿਆ ਸੀ ਬਾਹ ਫੰਡ ਉਹ ਫੰਡਾਂ ਨੂੰ ਜੁਰੀ ਬਸਤੀਆਂ ਨੂੰ ਮਾਨ ਸਾਹਿਬ ਨੇ ਕਿਹਾ ਸਿੱਖਿਆ ਨੂੰ ਅਸੀਂ ਕਰਜ਼ਾ ਹੀ ਨਹੀਂ ਦੇਣ ਹੂੰ ਵਿਦਿਆ ਵਿਚਾਰੀ ਪਰਉਪਕਾਰੀ ਹਾਂ ਤੇ ਪੈਸੇ ਭਜ ਨਹੀਂ ਨਹੀਂ ਅਸੀਂ ਹੂੰ ਤਿੱ ਕਿੰਨੀਆਂ ਤਾੜੀਆਂ ਵੱਜੀਆਂ ਫੇਰ ਰੌਲਾ ਪੈ ਗਿਆ ਕੱਲ ਵੀ ਉਹ ਪੰਨਿਆ ਮਾਨ ਸਾਹਿਬ ਨੇ ਕੱਲਿਆ ਨੇ ਰੂਮ ਚ ਬਹਿ ਕੇ ਦੇਖਿਆ ਨਹੀਂ ਜਦੋਂ ਇਸਰੋ ਉਹ ਹੋਇਆ ਉਹ ਕੀ ਆ ਉਹ ਚੰਦਰ ਗਿਆਨ ਚੰਦਰ ਯਾਨਥਰੀ ਹਾਂ ਮਤਲਬ ਪੁੱਲ ਜੋ ਸੇਫ ਲੈਂਡਿੰਗ ਹੋਈ ਉਹਦੀ ਚਾ ਚੰਗੀ ਗੱਲ ਆ ਕਿ ਇਹਦੀ ਸੇਫ ਲੈਂਡਿੰਗ ਤਾਂ ਹੋ ਗਈ ਮਾਨ ਸਾਹਿਬ ਸਰਕਾਰ ਦੀ ਇਹ ਸੇਫ ਲੈਂਡਿੰਗ ਨਹੀਂ ਹੋ ਰਹੀ ਰਿਪੋਰਟਾਂ ਚੰਗੀਆਂ ਨਹੀਂ ਆ ਰਹੀਆਂ ਨੇ ਗਰਾਉਂਡ ਜ਼ੀਰੋ ਦੇ ਉੱਪਰ ਹੁਣ ਸੁਖਬੀਰ ਬਾਲ ਜੀ ਕਹਿੰਦੇ ਜਿੱਦੇ 15 ਕਤਸੀ ਹੂੰ ਮਾਨ ਸਾਹਿਬ ਨੇ ਚੈੱਕ ਵੰਡੇ ਸੀ 40 40000 ਦੇ ਹੂੰ ਮੁਆਵਜ਼ੇ ਆਲੇ ਹੂੰ ਕਹਿੰਦੇ ਉਹਨਾਂ ਦੇ ਬਾਹਰ ਲਿਖਿਆ ਸੀ 40000 ਲਫਾਫੇ ਦੇ ਫਲਾਫੇ ਦੇ ਜਦੋਂ ਫਲਾਫਾ ਖੋਲਿਆ ਤੇ ਕਹਿੰਦੇ ਵਿੱਚੋਂ ਨਿਕਲਿਆ 4 4000 ਰੁਪਏ ਚੈੱਕ ਹੂੰ ਜ਼ੀਰੋ ਮਾ ਉੱਡ ਗਈਆਂ ਹਾਂ ਤੇ ਜੀਰੋ ਨਾਲ ਪਾੜੀ ਲਫਾਫਾ ਪਾੜਦਿਆਂ ਦੇ ਹੂੰ ਦੇਖ ਲਓ ਜੇ ਇਲਜ਼ਾਮ ਸੱਚੇ ਤਾਂ ਪਰਸੋਂ ਵੀ ਉੱਥੇ ਕਿਸਾਨ ਕਹੀ ਜਾਂਦੇ ਸੀਗਾ ਜ਼ੀਰੋ ਮਾ ਉੱਡ ਗਈਆਂ ਯਾਰ ਫਿਰ ਪ੍ਰਧਾਨ ਸਾਹਿਬ ਸੱਚੇ ਆ ਹੂੰ ਜ਼ੀਰੋ ਮਾ ਉੱਡ ਗਈਆਂ ਕਹਿੰਦੇ ਉਪਕ ਪੱਕ ਲੱਗੀ ਹੋਣੀ ਆ ਪ੍ਰੋਗਰਾਮ ਸੀ 15 ਅਗਸਤ ਦਾ ਕਿਸੇ ਨੇ ਖਾ ਖੋਲੀ ਹੋਣੀ ਇੱਕਦੇ ਜ਼ੀਰੋ ਹੂੰ ਇਹ ਵੀ ਹੋ ਸਕਦਾ ਹੂੰ ਇੱਥੇ 100 100 ਕਿੱਲਾਂ ਰੋਲੇ ਪੈ ਰਹੇ ਆ ਹੂੰ ਇਹਨਾਂ ਨੇ ਕਿਹਾ ਸੀ ਕਿ ਅਸੀਂ ਬਾਣਾ ਤੱਕ ਕਾਰਵਾਈ ਕਰਾਂਗੇ ਹਾਂ ਇੱਕ ਹੋਰ ਵੀ ਮਾਮਲਾ ਆ ਗਿਆ ਅੱਛਾ ਹਾਂ ਹਾਂ ਉਹ ਬੀਬੀ ਮਾਣੂਕੇ ਦਾ ਹਾਂ ਉਹ ਆਇਆ ਨਾ ਕੁਛ ਆ ਗਈਆਂ ਚਿੱਠੀਆਂ ਕੋਟ ਤੋਂ ਕੋਟ ਤੋਂ ਚਿੱਠੀਆਂ ਆ ਗਈਆਂ ਹੈ ਆ ਗਈਆਂ ਚਿੱਠੀਆਂ ਬਰੰਗ ਚਿੱਠੀਆਂ ਉਹ ਗਾਣਾ ਵੀ ਆਇਆ ਸੀ ਨਾ ਹੈ ਹੈ ਉਹ ਚਿੱਠੀਆਂ ਆ ਗਈਆਂ ਸੱਜਣਾ ਹਾਂ ਚਿੱਠੀਆਂ ਆ ਗਈਆਂ ਉਹ ਬਾਈ ਖੜਾ ਨਹੀਂ ਛੱਡਦਾ ਹੂੰ ਪਤਾ ਕੀ ਆ ਲੈ ਮੈਂ ਕੋਹਰ ਦੱਸ ਦੇਣਾ ਮੈਨੂੰ ਜੋ ਲੱਗ ਰਿਹਾ ਹਨਾ ਕੋਈ ਮਤਲਬ ਉਹ ਹੋ ਜੇ ਚਮਤਕਾਰ ਤਾਂ ਕੀ ਕਹਿਣਾ ਬੀਬੀ ਮਾਨੂੰ ਕਿਦੇ ਕਰਮਾ ਚ ਮੰਤਰੀ ਵਾਲੀ ਕੁਰਸੀ ਨਹੀਂ ਲਿਖੀ ਜਿਹੜੀ ਗੱਲ ਮੈਂ ਇਹਨੂੰ ਆਪਾਂ ਲੋਕ ਸੁਣੀ ਚਾਹੁੰਦੇ ਆਪਾਂ ਕਹਿ ਪੀ ਅਜ ਮਤਲਬ ਕੋਈ ਚਮਤਕਾਰ ਹੋ ਗਿਆ ਤਾਂ ਕੀ ਆਖਣਾ ਤਾਂ ਕੀ ਆਖਣਾ ਪਰ ਬੀਬੀ ਮਾਣੂ ਕਹਿੰਦੇ ਕਰਮਾਂ ਚ ਮੈਨੂੰ ਲੱਗਦਾ ਵੀ ਨਹੀਂ ਨਹੀਂ ਇਹ ਨਾ ਹੁਣ ਆਮ ਆਦਮੀ ਪਾਰਟੀ ਜ਼ਰੂਰੀ ਬਣ ਗਿਆ ਜੇ ਟੋੜ ਦੇ ਇੱਕ ਦਾ ਦਾਗਾਂ ਚ ਜੇ ਤੁਸੀਂ ਵਾਜ ਤੁਸੀਂ ਮੰਤਰੀ ਫੇਰ ਹੀ ਬਣੋਗੇ ਹਾਂ ਇਹ ਹੋਦਾ ਕਿਤੇ ਉਹ ਆਏ ਤਾਂ ਨਹੀਂ ਵੀ ਸਿੱਧੇ ਡਿਪਟੀ ਮੁੱਖ ਮੰਤਰੀ ਕਣੀ ਇਹ ਹੋ ਸਕਦੀ ਹੈ ਗੱਲ ਹਾਂ ਕਾ ਗੱਲਾਂ ਸੱਚੀ ਸੱਚੀ ਨਾ ਹੋਵੇ ਆਪਣੀ ਉਹਦਾ ਫਿਰ ਆਪਾਂ ਖੜੇ ਸੂਤਰਾਂ ਦੇ ਹਵਾਲੇ ਤੋਂ ਉਸ ਪਹਿਲਾਂ ਦਾਵਾ ਕਰਤਾ ਸੀ ਹਾਂ ਇਹ ਹੋ ਸਕਦੀ ਆ ਹਾਂ ਮੈਨੇ ਕਿਹਾ ਕਹਾਣੀ ਸੀ ਪੁਰਾਣੀ ਇੱਕ ਬਜ਼ੁਰਗ ਦੀ ਮੌਤ ਹੋ ਜਾਂਦੀ ਆ ਜਦੋਂ ਜਾਂਦਾ ਸਵਰਗਾਂ ਚ ਤਾਂ ਕੰਪਲੀਟ ਕਰਦਾ ਰੱਬ ਕੋਲੇ ਧਰਮ ਰਾਜ ਕੋਲੇ ਕੀ ਤੂੰ ਮੈਨੂੰ ਸਿੱਧਾ ਹੀ ਬੁਲਾ ਲਿਆ ਉਹ ਵਕੀਲ ਸੀ ਪਹਿਲਾਂ ਬਜ਼ੁਰਗ ਅੱਛਾ ਕਹਿੰਦਾ ਯਾਰ ਤੂੰ ਮੈਨੂੰ ਮੈਂ ਮਰ ਗਿਆ ਮੈਨੂੰ ਸੁਨੇਹਾ ਤਾਂ ਭੇਜਦਾ ਹੂੰ ਸਮਨ ਤਾਂ ਭੇਜਦਾ ਹਾਂ ਹਾਂ ਉਹ ਤਾਂ ਸੁਨੇਹੇ ਭੇਜੇ ਸੀ ਹਾਂ ਕਹਿੰਦਾ ਕਿਹੜੇ ਹਾਂ ਕਹਿੰਦਾ ਪਹਿਲੇ ਦੂਹਣ ਲੱਗੇ ਤੇਰੇ ਘੋਡੇ ਕਹਿੰਦਾ ਹਾਂ ਸਨੇਹਾ ਭੇਜਤਾ ਫੇਤ ਦਾ ਸੁੱਣੋ ਬੰਦ ਹੋ ਗਿਆ ਤਰ ਫੇ ਸਨੇਹਾ ਭੇਜਿਆ ਫੇਗਾ ਦੇਖਣਾ ਹੀ ਬੰਦ ਹੋ ਗਿਆ ਕਹਿੰਦਾ ਤੇਰੇ ਸਨੇਹ ਭੇਜੇ ਤੂੰ ਖਿਆਲ ਨਹੀਂ ਕੀਤਾ ਹਾਂ ਤੇ ਹੁਣ ਇਹ ਸਨੇਹੀ ਬੀਬਾ ਜੀ ਨੂੰ ਵੀ ਆ ਰਹੇ ਆ ਜੇ ਉਹਨੇ ਸੁਣ ਲੇ ਤਾ ਤੇ ਬਚਾਰਾ ਜੂਗਾ ਨਹੀਂ ਫਿਰ ਹਾਂ ਨਹੀਂ ਫਿਰ ਸਤਾਈ ਤਾ ਫਿਰ ਕੰਮ ਓਕੇ ਆ ਛਣੀ ਭਰੀ ਹੈ ਹੂੰ ਬਹੁਤ ਭਾਲਿਆਂ ਤੇ ਭਰੀ ਹੈ ਇੱਕ ਤੇ ਨਹੀਂ ਭਾਲਿਆਂ ਤੇ ਭਰੀ ਹੈ ਨਹੀਂ ਮਾਨ ਸਾਹਿਬ ਵੀ ਨਰਾਜ਼ ਹੈ ਕਾਫੀ ਵਿਧਾਇਕਾਂ ਤੋਂ ਤੇ ਮੰਤਰੀਆਂ ਤੋਂ ਤੇ ਗੱਲ ਹੋਈ ਆ ਦੇਖੀ ਆ ਸੀਰੀਅਸ ਜਾ ਕੇ ਮਾਨ ਸਾਹਿਬ ਹੀ ਨਰਾਇਣੇ ਗੱਲ ਹੋਈ ਆ ਤੇਰੀ ਵੀ ਸਾਡੇ ਅੰਦਰ ਸੂਤਰਾਂ ਦੇ ਹਵਾਲੇ ਨਾਲ ਖਬਰ ਆਈ ਆ ਉਹ ਕਹਿ ਰਹੇ ਸੀ ਮਾਨ ਸਾਹਿਬ ਕੁਝ ਨਰਾਜ਼ ਚੱਲ ਰਹੇ ਆ ਹੂੰ ਕਹਿੰਦੇ ਜਿੰਨੇ ਮਾਨਦਾਰ ਸੋਚਿਆ ਸੀ ਉਹਨੇ ਮਾਨਦਾਰ ਨਿਕਲ ਨਹੀਂ ਰਹੇ ਹੂੰ ਕੌਣ ਵਿਧਾਇਕ ਸਾਰੇ ਅੱਛਾ ਹੂੰ ਹੁਣ ਤਾਂ ਅਜ਼ਾਮੇ ਲੱਗ ਰਹੇ ਆ ਇੱਕ ਵਿਧਾਇਕ ਸਾਹਿਬ ਹੂੰ ਕਹਿੰਦੇ ਉਹਨਾਂ ਦੀ ਗੱਲ ਜੇ ਵੀ ਨਹੀਂ ਸੁਣਦਾ ਜਈ ਹੂੰ ਮੈਂ ਸੁਣ ਕੇ ਆ ਚਰਚਾ ਤੇ ਗਿਆ ਸੀ ਨੰਗੇ ਟੱਪਿਆ ਉਹ ਸਾਡਾ ਕੰਮ ਸੀ ਅੱਜ ਬਿਜਲੀ ਬੋਰਡ ਚ ਹੂੰ ਤੇ ਸਾਡੇ ਕੋਲੇ ਫੋਨ ਕੀਤਾ ਕਹਿੰਦੇ ਵਿਧਾਇਕ ਸਾਹਿਬ ਨੇ ਜੈ ਨੂੰ ਹੂੰ ਜੈ ਕਾ ਨਾ ਜੀ ਇਹ ਕੰਮ ਨਹੀਂ ਹੁੰਦਾ ਹੂੰ ਸਪਸ਼ਟ ਜਵਾਬ ਦਿੱਤਾ ਉਹਨੇ ਲੈਂਡਮੈਨ ਨੂੰ ਲਾ ਲਿਆ ਉਹਨੇ ਸਾਡੇ ਗਾਣਾ ਲਾ ਮੁੰਡਾ ਲੈਂਡਮੈਨ ਲੱਗਿਆ ਹਾਂ ਮੁੰਡਾ ਮਾਸੀ ਦਾ ਹੂੰ ਰੌਲਿਓ ਮਾਸੀ ਵਾਲੀ ਪਈ ਸੀ ਲਾਲ ਚੰਦ ਇੱਕ ਟਾਰੂ ਚੱਕੀ ਰੌਲਾ ਪਿਆ ਸੀ ਹਾਂ ਉਹਨੇ ਕਹਿੰਦੇ ਆਪਦੇ ਸਾਲੀ ਦੇ ਮੁੰਡੇ ਨੂੰ ਲਿਆ ਕੇ ਉਹਨਾਂ ਨੇ ਕੁਝ ਲਾਲ ਲੂ ਲਿਆ ਸੀ ਆਹ ਪਤਾ ਨਹੀਂ ਕੀ ਲਾਤਾ ਸੀ ਹੱਚ ਖੇਰਾ ਸਾਹਿਬ ਫੋਟੋ ਬੜੀ ਵਾਇਰਲ ਹੋ ਰਹੀ ਇੱਕ ਕਿਹੜੀ ਪਲਾਟ ਵਾਲੀ ਉਹਨਾਂ ਨੇ ਕਿ ਖੇਰਾ ਸਾਹਿਬ ਉੱਥੇ ਤਹਾਂ ਗਏ ਆ ਆਮ ਆਦਮੀ ਪਾਰਟੀ ਵਾਲੇ ਮਾਨ ਆਰਮੀ ਵਾਲੇ ਹੂੰ ਕਹਿੰਦੇ ਇੱਥੇ ਵੀ ਖੇਰਾ ਸਾਹਿਬ ਨੁਕਸ ਕੱਢ ਰਹੇ ਆ ਕਿ 2 ਮਿੰਟ ਪਹਿਲਾਂ ਕਿਉਂ ਨਹੀਂ ਸੇਵ ਲੈਂਡਿੰਗ ਕੀਤੀ ਹਾਂ ਉਹ ਤਾਂ ਫਿਰ ਚਲੋ ਉਹਨਾਂ ਨੇ ਤਾਂ ਫਿਰ ਮਜ਼ਾਕ ਬਣਾਉਣਾ ਹੀ ਆ ਸਾਰਾ ਸਿਸਟਮ ਉਹਦਾ ਕਰਦੀ ਆ ਫਿਰ ਨਹੀਂ ਕਾਂਗਰਸ ਹੀ ਉਹਨਾਂ ਐਕਟਿਵ ਨਹੀਂ ਹੂੰ ਇਹਨਾਂ ਨੇ ਮੁਹਾਲਲੇ 'ਚ ਫਿਰ ਧਰਨਾ ਲਾਇਆ ਹੂੰ ਕੱਲੀ ਵੀ ਐਕਟਿਵ ਹੋ ਰਹੇ ਨੇ ਚਲੋ ਸ਼ੁਕਰ ਹੈ ਚੰਗੀ ਗੱਲ ਆ ਹੂੰ ਰਾਜਾ ਵੜਿੰਗ ਜੀ ਵੀ ਇੰਟਰਵਿਊਆਂ ਕਾਫੀ ਦੇ ਰਹੇ ਆ ਅੱਜਕੱਲ ਹੂੰ ਹੂੰ ਚਲੋ ਬਹਿ ਜਾ ਗਰਮ ਹੋ ਰਿਹਾ ਮਾੜੋ ਆ ਪਾਗ ਰਿਹਾ 2024 ਆ ਰਿਹਾ ਹਾਂ ਪਿਕ ਨਿਕ ਵਾਲਾ ਮੂਡ ਨਾ ਛੱਡਤਾ ਹੂੰ ਹੁਣ ਥੋੜਾ ਜਿਹਾ ਸਿਆਸਤ ਵਾਲੇ ਮੂਡ 'ਚ ਫੇਰ ਆ ਰਹੇ ਆ ਹੂੰ ਤੂੰ ਵੀ ਕਹਨੇ ਤੂੰ ਵੀ ਕਿਹਾ ਕੋਈ ਖਾਇਆ ਕਰੜੀ ਜਿਆਦਾ ਭਕਾਈ ਹੋਊਗੀ ਵੋਟਾਂ ਚ ਹਾਂ 24 ਆ ਰਹੇ ਕਿ ਕਰਦਾਗਾ ਉਦੋਂ ਪਹਿਲਾਂ ਸਰਪੰਚੀ ਇਲੈਕਸ਼ਨ ਆ ਰਿਹਾ ਹਾਂ ਹਾਂ ਫੜੇ ਤਾਂ ਨਹੀਂ ਹੋਣਾ ਉੱਥੇ ਰੌਲਾ ਪੈਣਾ ਲੈਣੀ ਆ ਸਰਪੰਚੀ ਹਾਂ ਸਰਕਾਰੀ ਬਸਾਂ ਖਾ ਲਿਓ ਦੱਸ ਹਾਂ ਕੇ ਨਾ ਨਹੀਂ ਨਹੀਂ ਰਹਿਣ ਦੋ ਕਹਿੰਦਾ ਯਾਰ ਆਦਾ ਨਹੀਂ ਹਜੇ ਤੇ ਆਪਣਾ ਫਿਰ ਕੈਮਰਾਮੈਨ ਕੌਣ ਸੰਭੂਗਾ ਕੋਈ ਨਹੀਂ ਆਪੇ ਗੇਂਦਰੇ ਗਾਲਿਆਂ ਨੂੰ ਭੇਜਦਾ ਕਰੂਗਾ ਹਾਂ ਐ ਹੋਏ ਨੇਕ ਕਾਲੇ ਸਹੀ ਕਰਨਾ ਵਿਚਾਰੇ ਹੋਰ ਸੁਣਾਉ ਗੱਲਬਾਤ ਕੋਈ ਰਹਿ ਗਿਆ ਆਪਣਾ ਟਾਪਿਕ ਅੱਜ ਮੈਂ ਹੋਰ ਤਾਂ ਮਨਾਂ ਦਾ ਸਾਰੀਆਂ ਖਬਰਾਂ ਹੋ ਗਈਆਂ ਕੁੱਲ ਮਿਲਾ ਕੇ ਕੋਈ ਉਂ ਰਹਿ ਗਈ ਹੋਵੇ ਤਾਂ ਰਹਿ ਗਈ ਹੋਵੇ ਹੋਰ ਕੱਢ ਲੈਨੇ ਇੱਕ ਅੱਤੀ ਇੱਕ ਲਾਰੈਂਸ ਬਿਸ਼ਰੋਈ ਨੂੰ ਗੁਜਰਾਤ ਲੈ ਗਿਆ ਹਾਂ ਇੱਕ ਮੈਨਾ ਖਬਰ ਰਾਤ ਸ਼ਿਫਟ ਕਰਤਾ ਉਹਨੂੰ ਹਵਾਈ ਜਹਾਜ਼ ਤੇ ਚੜਾ ਕੇ ਅੱਜ ਕਰਤਾ ਲੈ ਗਿਆ ਕੋਈ ਰਾਤ ਲੈ ਗਿਆ ਏਟੀਐਸ ਪਤਾ ਨਹੀਂ ਕਿਹੜਾ ਲੈ ਕੇ ਗਏ ਆ ਉਹਨੂੰ ਹਾਂ ਏਟੀਐਸ ਲੈ ਗਿਆ ਹੁਣੀ ਯਾਰ ਇੱਕ ਫੋਟੋ ਸੀ ਮਾਨ ਸਾਹਿਬ ਦੀ ਟੌਰ ਅੱਜਕੱਲ ਬਹੁਤ ਜ਼ਿਆਦਾ ਹੋ ਗਈ ਜੀ ਹੂੰ ਮਾਨ ਸਾਹਿਬ ਪੂਰੇ ਦੁਨੀਆ 'ਚ ਮਸ਼ਹੂਰ ਹੋ ਰਹੇ ਉਸਨੇ ਕੱਲ ਦਾ ਪਤਾ ਕਿਵੇਂ ਕਿਹ ਕਿਹ ਕੋਈ ਉਹ ਬਾਲਡਰ ਕਾਰਡ ਬਣਾਤਾ ਮਾਨ ਸਾਹਿਬ ਦੀ ਰਿਸਰਚ ਕਰ ਰਿਹਾ ਉੱਤਰ ਕੋਰੀਆ ਤਾਨਾ ਸ਼ਾ ਆਹ ਕਿਮ ਜੋਗ ਉਨ ਕਿਵੇਂ ਵੇ ਉਹਨੇ ਦੇਖਿਆ ਕਿ ਮਾਨ ਸਾਹਿਬ ਤੇ ਪਹੁੰਚ ਲਈ ਪੜਗੇ ਹੜਗੜ 아이ਸੀ ਪੰਜਾਬ 'ਚ ਤੇ ਕਰਕੇ ਆਇਆ ਦੌਰਾ ਹਮ ਹੁਣ ਇੰਨੇ ਰੀਸਨ ਨਾਲ ਉਹ ਵੀ ਪਾਣੀ ਦੇ ਵਿੱਚ ਬੜੇ ਫਿਰਦੇ ਆ ਅੱਛਾ ਜੀ ਹਾਂ ਤੁਹਾਨੂੰ ਦਿਖਾ ਦਿੰਨਾ ਮੈਂ ਤਸਵੀਰ ਮੈਂ ਸਪੈਸ਼ਲ ਰੱਖੀ ਆ ਦੇਖੋ ਇਹ ਬਹੁਤ ਵੱਡੀ ਗੱਲ ਹੋ ਗਈ ਉੱਥੇ ਵੀ ਐ ਫੜੋੜਾ ਕੇ ਪਾਣੀ ਪੂਣੀ ਆ ਗਏ ਕਿਮ ਜੋਂਗ ਉਨ ਜੀ ਆ ਵੇਖ ਫਿਰਦੇ ਆ ਪਾਣੀ ਚ ਨਾਲ ਉਹਨਾਂ ਦੀ ਪੂਰੀ ਫੌਜੀ ਫਿਰਦੀ ਆ ਇਹੋ ਹੀ ਆਣਾ ਮੁੰਡਾ ਮਾਸੀ ਦਾ ਉਹ ਕਹਿੰਦੇ ਜੀ ਵਾਲੀ ਬੜੀ ਆਇਆ ਕਹਿੰਦੇ ਇਹ ਇਹਦਾ ਬਾਪ ਜੀ ਕਹਿੰਦੇ ਵਾਲਨ ਦਾ ਸਟਾਈਲ ਵੀ 10 11 ਹੀ ਆ ਉਹ ਵੀ ਰੱਖਣੀ ਆ ਹਮ ਕਿਰਾਂ ਰੋਕ ਲਾਤੀ ਨੇ ਹੱਸਦੇ ਵੀ ਹੂੰ ਇੱਕ ਇੱਕ ਇਹ ਖਬਰ ਜੀ ਪੜੀ ਹੀ ਪਤਾ ਨਹੀਂ ਵੈਸੇ ਤਾਂ ਚਲੋ 트럼ਪ ਪਰ ਗੇਵੀਉ ਦਾ ਰੋਲਾ ਪਾਉਂਦੇ ਫਿਰਦੇ ਆ ਜੋ ਬਾਈਡਨ ਨੂੰ ਲੈ ਕੇ ਉਹ ਕਹਿੰਦੇ ਵੀ ਇਹਦੇ ਵੀ 4-5 ਬੰਦੇ ਹੋਰ ਬਣਾਏ ਵੈ ਉਹਨੇ ਕਲੂਨ ਕਲੂਨ ਜੇ ਕਹਿੰਦੇ ਪਤਾ ਹੀ ਨਹੀਂ ਅਸਲੀ ਕਿਹੜਾ ਹੈ ਚੱਲਦਾ ਵੀ ਸਭ ਕੁਝ ਹੈ ਸਭ ਕੁਝ ਚੱਲਦਾ ਚਲ ਆਪਾਂ ਨੇ ਇੰਟਰਨੈਸ਼ਨਲ ਪੋਲਟਿਕਸ ਚ ਆਈ ਗਏ ਹਨਾ ਇੱਕ ਖਬਰ ਹੋਰ ਆ ਰੂਸ ਨੇ ਰੌਲਾ ਪਾਇਆ ਸੀ ਕਿ ਇੱਕੜੀ ਪ੍ਰਾਈਵੇਟ ਆਰਮੀ ਆ ਹੂੰ ਜਿਹੜਾ ਉਹਦਾ ਮੁਖੀ ਸੀ ਇੱਕ ਨਾਮ ਵਾਲਾ ਔਖੇ ਜੇ ਇਹਨਾਂ ਦੇ ਹੂੰ ਯੇਗੀਵਾਨ ਪ੍ਰੋਗੋਜਨ ਮੁਖੀ ਸੀ ਵੈਗਨਰ ਚੀਫ ਦਾ ਇਹ ਅਫਗਾਨੀ ਹੈ ਹੈ ਇਹ ਅਫਗਾਨੀ ਸੀ ਅੱਛਾ ਇੱਕ ਵੈਗਨਰ ਇਹਨੇ ਉਹ ਹੁੰਦੀ ਆ ਪ੍ਰਾਈਵੇਟ ਫਾਇਸ ਸੀ ਅੱਛਾ ਉਹਨੇ ਵਿਰੋਧ ਕਰਤਾ ਸੀ ਹੂੰ ਆਪਣੇ ਸਾਭਜੀ ਬੁਰਦ ਹੂੰ ਸਾਭਜੀ ਕਿਹੜੇ ਭਾਵੇਂ ਮੋਦੀ ਸਾਹਲੇ ਨਹੀਂ ਨਹੀਂ ਜੀ ਪੁਤਨ ਦੇ ਖਿਲਾਫ ਪੁਤਨ ਜੀ ਪੁਤਨ ਜੀ ਪੁਤਨ ਜੀ ਇਹ ਠੀਕ ਤੇ ਕਹਿੰਦੇ ਕੱਲ ਖਬਰ ਆ ਗਈ ਨਾ ਜਹਾਜ਼ ਕ੍ਰੈਸ਼ ਹੋ ਗਿਆ ਉਹਨਾਂ ਦਾ ਆਰਮੀ ਦਾ ਹਾਂ ਕਹਿੰਦੇ ਮਰ ਗਏ ਉਹ ਹੂੰ ਮਰ ਗਏ ਜਾਂ ਮਾਰਤੇ ਸ਼ੋਰ ਸਰਕ ਟੋ ਗਿਆ ਜਹਾਜ਼ ਚ ਹੈ ਸ਼ੋਰ ਸਰਕ ਦਸ 11 ਨਾਲ ਬੰਦੇ ਹੋ ਚਾਰੇ ਹੋਰ ਮਰ ਗਏ ਇਹ ਖਬਰ ਆ ਰਹੀਆਂ ਅਜੇ ਤੱਕ ਓਹੋ ਇਹ ਕਿਹਨਾਂ ਸਿਆਸਤ ਕਿੱਥੋਂ ਤੱਕ ਜਾਂਦੀ ਹੈ ਇਹ ਤਾਂ ਬਹੁਤ ਖਤਰਨਾਕ ਕੰਮ ਆ ਇਹ ਪਹਿਲਾਂ ਪੂਰੇ ਖਾਸ ਖਾਸ ਯਾਰ ਹੁੰਦੇ ਸੀ ਰਸ਼ੀਆ ਵਾਲੇ ਦਾ ਬੜੇ ਖਤਰਨਾਕ ਬੰਦੇ ਆ ਉਹਨਾਂ ਦੀ ਉਹ ਬੜਾਈ ਵੀ ਹੈ ਨਾ ਉਹਨਾਂ ਦੀ ਉਹ ਕਿਹੜੀ ਹੈ ਯਾਰ ਉਹਨਾਂ ਦੀ ਉਹ ਮੈਂ ਭੁੱਲ ਗਿਆ ਯਾਰ ਜਿਵੇਂ ਆਪਣੇ ਤਾਂ ਰੋ ਆ ਆਈਐਸਆਈ ਇਹਨਾਂ ਦੀ ਹੈ ਉਹਨਾਂ ਦੀ ਕਿਹੜੀ ਹੈ ਯਾਰ ਮੈਂ ਭੁੱਲ ਗਿਆ ਇੱਕ ਪਤਨ ਕਿਹੜੀ ਕੰਟਰੀ ਦੀ ਹੈ ਇਹ ਉਹ ਤਾਂ ਇਜ਼ਰਾਇਲ ਸਭ ਤੋਂ ਮਸ਼ਹੂਰ ਆ ਨਾ ਹਾਂ ਇਜ਼ਰਾਇਲ ਇਹ ਰਸ਼ੀਆ ਵਾਲੀ ਵੀ ਘੈਂਟ ਆ ਰਸ਼ੀਆ ਵਾਲੀ ਦਾ ਮੈਂ ਨਾ ਭੁੱਲ ਗਿਆ ਇਜ਼ਰਾਇਲ ਆਲੀ ਦਾ ਵੀ ਨਾਂ ਜਿਆ ਬਹੁਤ ਫੇਮਸ ਆ ਇਜ਼ਰਾਇਲ ਦੇ ਬਾਰਡਰ ਸਕਿਉਰਟੀ ਬਹੁਤ ਵਧੀਆ ਹੁੰਦੀ ਹੈ ਉਹ ਤੇ ਪ ਇੱਕ ਨਿੱਕਾ ਜਿਹਾ ਦੇਸ਼ਾ ਬਹੁਤ ਨਿੱਕੇ ਸੰਜਣ ਬਹੁਤ ਵਿਕਾਸ ਕੀਤਾ ਇਜ਼ਰਾਇਲ ਨੇ ਹੂੰ ਉਸ ਦਾ ਸਕਿਉਰਿਟੀ ਦੇ ਪਾਸੇ ਬਹੁਤ ਪਰਫੈਕਟ ਆ ਹੂੰ ਤੇ ਭਾਰਤ ਦਾ ਵੀ ਇੱਕ ਚੋ ਵੀਡੀਓ ਵਾਇਰਲ ਹੋ ਰਹੀ ਆਪਣੇ ਬਾਰਡਰ ਦੇ ਉੱਪਰੋਂ ਕਿਉਂ ਚਿੱਟਾ ਆਉਂਦਾ ਦੇਖਿਓ ਨਾ ਮੈਂ ਨਹੀਂ ਡਰੋਨ ਦੀ ਵੀਡੀਓ ਆਈ ਹੁਣ ਅੱਛਾ ਕਿਉਂ ਦਿਨੇ ਡਰੋਨ ਸਿੱਧਾ ਕਿਵੇਂ ਲਿਆ ਕੇ ਅੱਛਾ ਯਾਰ ਹਾਂ ਆਉਂਗਾ ਸ਼ੂ ਸ਼ੂ ਨੀ ਉਹ ਖੜਦੀ ਬਸੇ ਖੜਾ ਹੈ ਚੱਲੀ ਜਾਂਦਾ ਤੇ ਥੱਲੇ ਪੈਕ ਡਿੱਗ ਪੈਂਦਾ ਹੂੰ ਉਦੋਂ ਪੁਲਿਸ ਵਾਲੇ ਆ ਜਾਂਦੇ ਆ ਹੂੰ ਨਹੀਂ ਮਤਲਬ ਐ ਕਰਾਇਓ ਵੈਰੀਫਾਈ ਵੀ ਉਹੀ ਆ ਕੇ ਕਿਵੇਂ ਨਹੀਂ ਨਹੀਂ ਪੁਲਸਾਂ ਨੇ ਬੰਦੇ ਹੀ ਫੜ ਲਏ ਉਹ ਡਰਾਉਣ ਵੀ ਫੜ ਲਿਆ ਹਮ ਆਪਣੇ ਇਧਰ ਦੇ ਭਾਰਤ ਵਾਲੇ ਬੰਦੇ ਫੜ ਲਏ ਹਾਂ ਜਿਹੜੇ ਚੱਕਦੇ ਸੀਗੇ ਪੈਕਟ ਬਿਲਕੁਲ ਬਿਲਕੁਲ ਤੇ ਇੱਕ ਨਾ ਆਪਣੇ ਹੜਾਂ ਚ ਚਾਰ ਪੰਜ ਪਹਿਲਾਂ ਦੋ ਮੁੰਡੇ ਰੁੜ ਗਏ ਸੀ ਸ਼ਾਇਦ ਕਿਹਾ ਜਾ ਰਿਹਾ ਸੀ ਜਿਹੜੇ ਪਾਕਿਸਤਾਨ ਹਮ ਉਹ ਖਬਰ ਜੀ ਆਈ ਸੀ ਨਾ ਹਮ ਹੁਣ 6 ਮੁੰਡੇ ਪਾਕਿਸਤਾਨ ਨੇ ਫੜ ਰੱਖਿਆ ਕਹਿੰਦੇ ਇਹ ਨਸ਼ਾ ਤਸਕਰ ਕਰਦੇ ਸੀ ਨਸ਼ਾ ਵੇਚਦੀ ਸਾਡੇ ਇੱਥੇ ਮਾਹੌਲ ਖਰਾਬ ਕਰਦੇ ਸੀ ਆਕੇ ਹੁਣ ਇੱਥੋਂ ਨੇ ਪ੍ਰਵਾਕ ਮੈਂਬਰ ਕਹਿ ਰਹੀ ਇਹਦੀ ਮਸ਼ੀਨ ਤੇ ਗਈ ਸੀ ਕੰਪੇਨ ਤੇ ਗਈ ਹੋਈ ਸੀ ਜਿੱਥੇ ਪਤਾ ਨਹੀਂ ਪਰਵਾਹ ਕੈਂਪੇਨ ਤੇ ਲੱਗੇ ਸੀ ਕੈਂਪੇਨ ਤੇ ਕਿਤੇ ਗਏ ਸੀ ਹੁਣ ਉਹ ਬੰਦੇ ਮਿਲੇ ਆ ਪਾਕਿਸਤਾਨ ਚੋਂ ਦੋ ਤਾਂ ਪਹਿਲੇ ਖਬਰ ਆਈ ਸੀ ਕਿ ਪਾਣੀ ਦੇ ਵਾਕੀ ਰੁੜੇ ਆ ਹੁਣ ਪਾਕਿਸਤਾਨ ਕਹਿੰਦਾ ਨਹੀਂ ਜੀ ਇੱਥੇ ਇਥੇ ਨਸ਼ਾ ਵੇਚਦੇ ਹੁੰਦੇ ਸੀ ਅਸੀਂ ਫੜ ਲੇ ਹਮ ਔਖਾ ਹੋ ਗਿਆ ਉਹਨਾਂ ਦਾ ਪੂਰਾ ਔਖਾ ਜੀ ਪਤਾ ਨਹੀਂ ਕਿਹੜੀ ਜੇਲ੍ਹ ਚ ਲੈ ਕੇ ਜਾਣਗੇ ਉਹਨਾਂ ਨੂੰ ਔਖਾ ਹੋ ਗਿਆ ਤਾਂ ਨਹੀਂ ਅਦਾਲਤ ਜੇਲ੍ਹ ਚ ਹੀ ਹੁਣ ਤਾਂ ਉਹਨਾਂ ਨੇ ਅਦਾਲਤ ਤੇ ਪੇਸ਼ ਕਰਤਾ ਸੀ ਤੇ ਉਸ ਤੋਂ ਬਾਅਦ ਸਾਹ ਬਹਰ ਨੂੰ ਬਈ ਲੈ ਗਏ ਤੇ ਵਿਚਾਰੇ ਭਾਰਤ ਪੂਸ਼ਨ ਆਸ਼ੂ ਦੇ ਘਰੇ ਵਿੱਚ ਈਡੀ ਰੀਡ ਪੈ ਰਹੀ ਆ ਹਮ ਉਹ ਚਲੋ ਪਾਇਨ ਨਹੀਂ ਈੜੀਆਂ ਉੜੀਆਂ ਇਹਨਾਂ ਨੂੰ ਕੀ ਆ ਚ ਕੋਈ ਚੱਕਰ ਨਹੀਂ ਪਰ ਪ੍ਰਤਾਪ ਸਿੰਘ ਬਾਜਵਾ ਨੇ ਕਹਤਾ ਹੂੰ ਅਸੀਂ 13 ਦੀਆਂ 13 ਲੋਕ ਸਭਾ ਸੀਟਾਂ ਖੁੱਦ ਲੜਾਂਗੇ ਹੂੰ ਬਸ ਸੁਖਵੀਰ ਬਾਦਲ ਕਹਿੰਦੇ ਵੀ ਰਲ ਕੇ ਲੜਨਗੇ ਉਹ ਤਾਂ ਕਹਿੰਦੇ 7 ਲੜਨਗੇ ਇਹ ਸ਼ਾ ਜਾਕਰ ਸਾਹਿਬ ਨੇ ਕਹਤਾ ਕਿ ਆਪਾਂ ਤਾਂ ਚੋਣ ਨਹੀਂ ਲੜਨੀ ਹੂੰ ਆਪਾਂ ਸਿੱਧੇ ਮੁੱਖ ਮੰਤਰੀ ਬਣ ਹੂੰ ਸੁਪਨਾ ਹੀ ਹੋ ਜੂ ਤਾਂ ਮੈਨੂੰ ਲੱਗਦਾ ਨਹੀਂ ਕੋਈ ਪਤਾ ਨਹੀਂ ਨਹੀਂ ਸੁਪਨੇ ਲੈਣੇ ਚਾਹੀਦੇ ਆ ਉਹਣਾ ਇੱਕ ਦਿਨ ਗੱਲ ਕਰ ਰਹੇ ਸੀ ਕਿ ਦੋਵੇਂ ਉਹ ਕੀ ਹੁੰਦਾ ਯਾਰ ਮੈਂ ਸ਼ੇਰ ਜੱਪਰ ਲਗਾ ਗਿਆ ਕਹਿੰਦੇ ਹੈ ਉਡਾਣ ਹੁੰਦੀ ਹੈ ਪਤਾ ਨਹੀਂ ਕਿਵੇਂ ਆ ਲੋਕ ਆਪੇ ਦਾ ਦੇਣਗੇ ਕੀ ਹੁੰਦਾ ਭੁੱਲ ਗਿਆ ਹੈ ਕਿ ਪੰਖੋਂ ਸੇ ਵੀ ਨਹੀਂ ਉਡਾਣ ਹੁੰਦੀ ਪਤਾ ਨਹੀਂ ਜੱਜ ਬੂਮ ਮੈਂ ਪਤਾ ਨਹੀਂ ਕੀ ਸਮਝ ਗਿਆ ਬਸ ਮੇਰਾ ਭਾਵ ਸਮਝ ਗਏ ਹਾਂ ਹਾਂ ਉਹਣਾ ਮਤਲਬ ਸਮਝ ਗਏ ਮੈਂ ਆ ਤੁਸੀਂ ਮੇਰਾ ਭਾਵ ਸਮਝਦੇ ਹੋ ਬਸ ਇੱਕ ਦਿਨ ਗੱਲ ਕਰ ਰਿਹਾ ਸੀ ਕਹਿੰਦਾ ਯਾਰ ਜਿੰਨੇ ਆਗੂ ਹਣਾ ਵੇਖ ਲਾ ਸਾਰੇ ਭਾਇ ਭਾ ਜਾ ਰਹੇ ਆ ਹੂੰ ਕਾਂਗਰਸੀ ਵਾਲੇ ਥੋੜੇ ਜਿ ਹਕਾਲੀ ਸਾਰੇ ਭਾਇ ਭਾ ਜਾ ਰਹੇ ਆ ਹੂੰ ਤੇ ਉੱਥੇ ਇੱਕ ਵਾਰ ਸੀ ਬਜ਼ੁਰਗ ਹੋਰ ਕਹਿੰਦਾ ਸ਼ੇਰਾ ਇਹ ਕਹਿੰਦਾ ਲੀਡਰ ਹੀ ਜਾਂਦੇ ਕਹਿੰਦਾ ਹੂੰ ਕਹਿੰਦਾ ਵੋਟਾਂ ਤੋਂ ਉੱਥੇ ਖੜੀਆਂ ਜਿਹੜੇ ਰਹਿੀਆਂ ਸੀ ਕਹਿੰਦਾ ਕਹਿੰਦਾ ਜਿੱਤੇ ਦੱਸ ਕੋਈ ਗਿਆ ਨਾ ਇਦੋਂ ਸਾਰੇ ਹਾਰ ਹੀ ਗਏ ਆ ਕਹਿੰਦਾ ਹੂੰ ਕਹਿੰਦਾ ਇਨੇ ਭਲੇ ਮਾਨ ਸੁਣਦੇ ਜਿੱਤੇ ਜਾਂਦੇ ਫਿਰ ਜਾਂਦੇ ਨਾ ਇਹ ਆਇਤ ਕੀ ਜ਼ੋਰ ਬਹੁਤ ਲੱਗੂ ਤੈਨੂੰ ਦੱਸਤੀ ਗੱਲਾਂ ਦੇ ਤਾਂ ਇਹਨਾਂ ਨੇ ਟ੍ਰੇਲਰ ਮੜਾਇਆ ਜਲੰਧਰ ਹੂੰ ਹੂੰ ਜ਼ੋਰ ਪੂਰਾ ਆਇਤ ਕੀ ਬੀਜੇਪੀ ਦਾ ਇਹਦੇ ਵੋਟ ਵੀ ਦੇਖੀ ਤੂੰ ਇਹਨਾਂ ਦੀ ਵੋਟ ਪਰਸੈਂਟੇਜ ਦੱਸ ਰਹੇ ਆ ਵੀ ਵੱਧ ਸਕਦੀ ਹੈ ਵੋਟ ਪਰਸੈਂਟੇਜ ਇਹਨਾਂ ਦੀ ਪੂਰੀ ਜਿੰਨੇ ਕਾਪ ਅਨਲਾਈਜ਼ ਕਰ ਰਹੇ ਆ ਮੇਰੇ ਸਾਨੂੰ ਥੋੜਾ ਜਾ ਔਖਾ ਇਹਨਾਂ ਨੇ ਉਮੀਦਾਂ ਚਲੋ ਜਿੱਤ ਅਸਲ ਚ ਇਹ ਵੀ ਹੈ ਨਾ ਜਿੱਤ ਹਾਰ ਉਸ ਹਿਸਾਬ ਨਾਲ ਚਲੋ ਮੈਟਰ ਕਰਦੀ ਆ ਵੱਡੇ ਪਰਦੇ ਤੇ ਪਰ ਜਿਹੜੀ ਅੰਦਰਲੀ ਰਾਜਨੀਤੀ ਆ ਵੋਟ ਪਰਸੈਂਟੇਜ ਤੇ ਜਾਂ ਬੋਟਾਂ ਤੇ ਵੀ ਖੜ ਜਾਂਦੀ ਆ ਨਾ ਇਹ ਵੀ ਵੱਡੀ ਗੱਲ ਆ ਨਾ ਕਿ ਕੌਣ ਕਿੰਨੀਆਂ ਬੋਟਾਂ ਲਿਆ ਰਿਹਾ ਹੈ ਜੋੜ ਤੋੜ ਕੀ ਬਣ ਰਿਹਾ ਹੈਗਾ ਹਸਾਬ ਕਿਤਾਬ ਕੀ ਬਣ ਰਿਹਾ ਇਹ ਸਭ ਤੋਂ ਬਾਇਵ ਗੱਲ ਆ ਜੋੜ ਤੋੜ ਤਾਂ ਭਾਈ ਹੁਣ ਇਹ ਕਹਿੰਦੇ ਝਾੜੂ ਵਾਲਿਆਂ ਕੋਲੇ ਬੰਦੇ ਹਨੀ ਕਹਿੰਦੇ ਠਾਣ ਵਾਸਤੇ ਹਮ ਚਰਚਾ ਬੰਦੇ ਬੰਦੇ ਆ ਜਾਨਾ ਬਿਹੇਰੀਆਂ ਪਾਰਟੀਆਂ ਚੋਂ ਕਾਂਗਰਸੀ ਸੋਚ ਰਿਹਾ ਯਾਰ ਇਹੜੇ ਹੁਣ ਦੂਜੀ ਇੱਕ ਥਾਂ ਦੋ ਸੀਟਾਂ ਦੋ ਵਾਲਿਆ ਇਹ ਜਾੜੇ ਨਾ ਮੇਰਾ ਕੰਮ ਸੌਖਾ ਹੋ ਜਾਊਗਾ ਹੂੰ ਉਹ ਐ ਸੋਚੀ ਜਾਂਦੇ ਆ ਭਾਜਪਾਲੇ ਆ ਉਹ ਸਾਰੇ ਗੁੱਸੇ ਵਿੱਚ ਬੈਠੇ ਅੰਦਰਲੇ ਅਸਲੀ ਅਸਲੀ ਤਾਂ ਮੈਨੂੰ ਲੱਗਦਾ ਸਾਨਾ ਦਾ ਭੇੜਾ ਜਿਹੜਾ ਉਹ ਇੱਥੇ ਹੋਊਗਾ ਬਠਿੰਡੇ ਬਠਿੰਡਾ ਬਠਿੰਡਾ ਬਣੂ ਹੌਟ ਸੀਟ ਬਠਿੰਡਾ ਇਹ 77 ਪਾਰਟੀ ਦੇ ਡਿਪੈਂਡ ਕਰਦਾ ਵੀ 77 ਪਾਰਟੀ ਨੂੰ ਹੌਟ ਬਣਾਉਂਦੀ ਆ ਕਿ ਕਿਵੇਂ ਬਣੂਗੀ ਇਹਨਾਂ ਕੋਲ ਇੱਥੇ ਬੰਦਾ ਨਹੀਂ ਲਾਈ ਖਾਸ ਗੱਲ ਤਾਂ ਨਾ ਕੋਈ ਨਹੀਂ ਨਹੀਂ ਚਿਹਰਾ ਕੋਈ ਵਡਾ ਦੇਖੋ ਕੌਣ ਆਊਗਾ ਪਰ ਉਧਰ ਰਾਜਾ ਵੜਿੰਗ ਦੇ ਹੂੰ ਧਰਮਪਤਨੀ ਜੀ ਉਹ ਐਕਟਿਵ ਨੇ ਪੂਰੇ ਐਕਟਿਵ ਨੇ ਹਾਂ ਉਧਰ ਵੀ ਬਾਰੀ ਹਰ ਸਮਰਥਕਰ ਬਾਦਲ ਹਾਂ ਜਿੱਤੇ ਵੀ ਨਹੀਂ ਉਹ ਵੀ ਹੁਣ 5 ਸਾਲਾਂ ਬਾਅਦ ਐਮਪੀ ਬਣ ਤੋਂ ਬਾਅਦ ਪਿੰਡਾਂ ਕਿਹੜਾ ਮਾਰਨ ਨੂੰ ਸ਼ੁਰੂ ਕਰਤਾ ਹੂੰ ਪਹਿਲਾਂ ਕਦੇ ਪਿੰਡਾਂ ਇਨੀ ਆਏ ਸੀ ਦੁਬਾਰੇ ਜੱਫੀਆਂ ਪਾਉਣ ਲੱਗੇ ਹਾਂ ਉਹ ਕਹਿੰਦੇ ਨਾ ਇੱਕ ਅਮਲੀ ਹੁੰਦਾ ਹੂੰ ਉਹ ਦੂਜੇ ਜਗ੍ਹਾ ਅਮਲੀ ਕੋਲ ਜਾਂਦਾ ਹਾਂ ਕਹਿੰਦਾ ਲੈ ਬਈ ਇਲੈਕਸ਼ਨ ਆ ਗਏ ਹੂੰ ਉਹ ਤੈਨੂੰ ਕੀ ਪਤਾ ਹੂੰ ਉਹਦਾ ਇਹ ਸਰਪੰਚ ਤੋਂ ਟਕਰਾਇ ਸੱਜਾ ਮੈਂ ਵੀ ਲਾਇਕਾਂ ਸੋਸਲੀ ਗੱਲ ਕਹਿੰਦਾ ਕਹਿੰਦਾ ਹਾਂ ਫਿਰ ਤੇੱਕੀ ਆ ਗਈ ਕਹਿੰਦਾ ਤੇੱਕੀ ਆ ਗਈ ਕਹਿੰਦਾ ਹਾਂ ਉਹ ਗੱਲ ਆ ਤੇ ਗਿੜੇ ਵਜਣ ਲੱਗ ਜਾਣ ਕੋਈ ਲੀਡਰ ਆਮ ਲੋਕਾਂ ਨੂੰ ਬੁਲਾਉਣ ਲੱਗ ਜਾਣ ਫੋਨ ਫਾਨ ਕਰਨ ਲੱਗ ਜਾਣ ਹਾਂ ਪਤਾ ਪੁੱਛਣ ਲੱਗ ਜਾਣ ਹੋਰ ਬੇਰਗੋ ਠੀਕ ਹੋ ਫਿਰ ਸਮਝ ਲਓ ਵੀ ਇਲੈਕਸ਼ਨ ਆ ਗਏ ਆ ਗਏ ਜੀ ਸੋ ਪੌਡਕਾਸਟ ਕਰਦਗੇ ਸਮਾਪਤ ਕਰ ਚੁਣੇ ਆ ਜੀ ਸੋ ਇਹ ਅੱਜ ਦਾ ਪੌਡਕਾਸਟ ਸੀ ਕੋਸ਼ ਜਿਹੜੇ ਚਲੰਤ ਮਾਮਲੇ ਸੀ ਪੰਜਾਬ ਦੇ ਜਾਂ ਚਲੰਤ ਖਬਰਾਂ ਸੀਗੀਆਂ ਤੁਹਾਡੇ ਬਹੁਤ ਸਾਰੇ ਸਾਨੂੰ ਸੁਨੇਹੇ ਆ ਰਹੇ ਆ ਤੁਹਾਡਾ ਸੁਨੇਹਾ ਲਈ ਧੰਨਵਾਦ ਤੇ ਅਗਲੀ ਵਾਰ ਜਾਂ ਪਾ ਸ਼ਨੀਵਾਰ ਨੂੰ ਕਹਿ ਦਈਏ ਵੀ ਐਸ ਕੀ ਪੱਕਾ ਹੀ ਦੋ ਬੰਦੇ ਸਪੈਸ਼ਲ ਜਿਹੜੇ ਗੈਸਟ ਆ ਤੁਹਾਡੀ ਕਚਹਿਰੀ ਦੇ ਵਿੱਚ ਆ ਰਹੇ ਆ ਤੇ ਉਹ ਪੌਡਕਾਸਟ ਨੂੰ ਸੁਣ ਕੇ ਬਹੁਤ ਸਾਰੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ ਤੇ ਵਧੀਆ ਜਿਹੜਾ ਆਪ ਦਾ ਉਹਨਾਂ ਨੇ ਜ਼ਿੰਦਗੀ ਦੇ ਜਿਹੜੇ ਤਜਰਬੇ ਆ ਤੁਹਾਡੇ ਨਾਲ ਸਾਂਝੇ ਕਰਨਗੇ ਹੁਣ ਮੈਨੂੰ ਤੇ ਪਰਮੀਤ ਨੂੰ ਦਿਓ ਇਜਾਜ਼ਤ ਇੱਕ ਮਿੰਟ ਤੇ ਖੰਭ ਖੰਭ ਸਾਂਭ ਕੇ ਰੱਖਿਓ ਭਾਈ ਹਾਂ ਖੰਭ ਤੇ ਆਹ ਜੋ ਸਾਹਿਬ ਕਿਤਾਬ ਸਾਂਭ ਕੇ ਰੱਖਿਓ ਉਹ ਡਿਟੇਲਾਂ ਪਾਈ ਜਲਵਾ ਆਉਦਾ ਹਨਾ ਸਹੀ ਗੱਲ ਹੈ ਜਲਾ ਵਾਈ ਜੀ ਡੀ ਸੀਆਂ ਨੂੰ ਜਾਂ ਵਿਧਾਇਕਾਂ ਨੂੰ ਪਾਈ ਚਲੋ ਹੂੰ ਤਾਂ ਨਹੀਂ ਜੇ ਸਰਕਾਰ ਨੇ ਕਿਹਾ ਚਲ ਫੇਰ ਤਾਂ ਬੰਦ ਹੀ ਆ ਨਾ ਮਾਨ ਸਾਹਿਬ ਨੇ ਆਪ ਕਿਹਾ ਹਾਂ ਡਬਲ ਕੱਦੂ ਕੀਤਾ ਭਾਈ ਕਿਤੇ ਬੱਕਰੀ ਮਾਰਗੀ ਦਾ ਮੁਰਗੀ ਮਰਗੀ ਹਾਂ ਤਾਂ ਹੱਕ ਵਿੱਚ ਸਰਕਾਰ ਕਹਿ ਰਹੀ ਏ ਜਿਹੜੇ ਐਲਾਨ ਕਰ ਰਹੀ ਏ ਭਾਈ ਹਾਂ ਤੋ ਚੀਜ਼ਾਂ ਪਾਈ ਆਪਦੇ ਰਿਕਾਰਡ ਸਾਹਮਣੇ ਰੱਖਿਓ ਜਲਦੀ ਮਿਲਾਂਗੇ ਫਿਰ ਅਗਲੇ ਪੌਡਕਾਸਟ ਦੇ ਵਿੱਚ ਹੁਣ ਮੈਨੂੰ ਤੇ ਪਰਮੀਤ ਨੂੰ ਦਿਓ ਜਦ ਤੁਸੀਂ ਆਪਣਾ ਸਮਾਂ ਦਿੱਤਾ ਹੀ ਧੰਨਵਾਦ ਧੰਨਵਾਦ ਜੀ